जस टीवी देख रहे हो तुसी, मैं के पी सिंह टू द पॉइंट में तुहाडा सब का स्वागत करता है। असी खेती कानून ते लगातार डिबेट करते आ रहे हैं ते असी तुहाडा वादा किया कि उद तक डिबेट करते रहेंगे जो तक इस मसले का कोई ना कोई हल नजिठा नहीं जाता गा, कोई ना कोई हल साडे सामने नहीं आ जाता गा। केंद्र सरकार ने एक पहला पेशकश की सी, सद्दा दिता सीगा, उस ते किसान ने इतराज दता सीगा ते उस पेशकश नूं ठुकराता सीगा। एक नवी चिट्ठी साडे सामने आ चुकी है, ये नवी चिट्ठी है जिस दे विच हुण किसान जथेबंदियां ने सांझे तौर पर फैसला करना कि उन्होंने केंद्र का सद्दा कबूलना या नहीं कबूलना। उस तो पहला कुछ जथेबंदियां वल्लों आवाज़ आनी शुरू हो गई है कि यह सद्दा सानू कबूल नहीं, प्रधानमंत्री खुद ये बैठक कर। बहुत सारे सवाल है सब दे विचाले, सब दे विचाले सूबा सरकार ने भी एक तीन मैंबरी अपनी कमेटी बनाई है जिस दे विच किसानां दे नाल गलबात करनी शामिल है। उस दे विचाले खबरें भी आ रही कि रेल पटरियां तो कुछ जथेबंदियां आपदे आपदे फैसले करन विच लगी हैं, ये खबरां किन्नियां सच्चियां जां सिर्फ अफवाहां ने, यह सारे सवाल होने लाजमी है। कुल मिला के वड्डा सवाल इक्को होवेगा, केंद्र दा सद्दा किन्ना कबूल। केंद्र ने सद्दा भेजिया, इस सब दे विचाले किसान मजदूर संघर्ष कमेटी, इहदी बहुत अहमियत है ते ਇਹ ਕੀ ਕਹਿ ਰਹੀ ਹੈ ਇਸ ਸੱਦੇ ਤੇ ਪਹਿਲਾਂ ਸੁਣ ਲਈਏ। ਅੱਜ ਆਪਣੀ ਮੀਟਿੰਗ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਵਿਚਾਰਿਆ ਗਿਆ ਵਾ, ਵਿਚਾਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਵਾ ਕਿ ਇਹ ਜਿਹੜਾ ਸੱਦਾ ਦਿੱਤਾ ਗਿਆ ਵਾ ਇਹ ਇੱਕ ਤਾਂ ਜੋ ਸਾਡੀ ਮੰਗ ਸੀ ਵੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਆ ਉਹ ਗੱਲਬਾਤ ਲਈ ਸੱਦਣ, ਉਹ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ। ਦੂਸਰੀ ਇਹ ਸੀ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣੇ ਦੇ ਕਿਸਾਨ, ਦੇਸ਼ ਦੇ ਕਿਸਾਨਾਂ ਨੂੰ ਵੀ ਇਹ ਸੱਦਾ ਪੱਤਰ ਵਿੱਚ ਸ਼ਾਮਿਲ, ਇਸ ਮੀਟਿੰਗ ਵਿੱਚ ਸ਼ਾਮਿਲ ਕੀਤਾ ਜਾਵੇ, ਕਿਉਂਕਿ ਇਹ ਮੁੱਦਾ ਜਿਹੜਾ ਇਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਇੱਕ ਮੁੱਦਾ ਵਾ। 17 ਜਥੇਬੰਦੀਆਂ ਨੂੰ ਪਾੜਿਆ ਗਿਆ, ਹਰਿਆਣੇ ਵਾਲੇ ਕਿਸਾਨਾਂ ਨੂੰ ਸਭ ਤੋਂ ਅੱਡ ਕੀਤਾ ਗਿਆ, ਦੇਸ਼ ਦੀ ਹੋਰ ਕਿਸੇ ਜਥੇਬੰਦੀ ਨੂੰ ਨਹੀਂ ਸੱਦਿਆ ਗਿਆ। ਯਾਨੀ ਪੂਰੇ ਦੇਸ਼ ਦੀ ਲੜਾਈ ਹੈ, ਖੇਤੀ ਤਾਂ ਪੂਰੇ ਦੇਸ਼ ਦੀ ਤਬਾਹ ਹੋਣੀ ਹੈ, ਹਰਿਆਣੇ ਦੀ ਵੀ ਅਤੇ ਪੰਜਾਬ ਦੀ ਵੀ। ਕੇਂਦਰ ਦਾ ਇਹ ਸਾਜਿਸ਼ ਆ ਵੀ ਇਹਨਾਂ ਨੂੰ ਅੱਡ ਕਰੀਏ ਆਪਾਂ ਤੁਸੀਂ। ਇੱਕ ਦੂਸਰਾ ਜਿਹੜੀ ਚਿੱਠੀ ਆਈ ਉਹਦੇ 'ਚ ਐਗਰੀਕਲਚਰ ਸੈਕਟਰੀ ਜਿਹੜੇ ਕੇਂਦਰ ਦੇ ਨੇ ਉਹ ਗੱਲਬਾਤ ਕਰ ਰਹੇ ਨੇ, ਕਿਸੇ ਬਿਊਰੋਕਰੇਟ ਜਾਂ IAS ਅਫਸਰ ਦੀ ਕੀ ਹੈਸੀਅਤ ਹੁੰਦੀ ਆ ਜਦੋਂ ਉਹਦਾ ਪ੍ਰਧਾਨ ਮੰਤਰੀ ਇਹ ਬਿਆਨ ਦੇਵੇ ਵੀ ਅਸੀਂ 21ਵੀਂ ਸਦੀ ਦਾ ਸਭ ਤੋਂ ਵਧੀਆ ਫੈਸਲਾ ਕਰ ਲਾ ਵਾ, ਉਹਦੇ ਅਗੇਂਸਟ ਉਹ ਫੈਸਲਾ ਕਰ ਸਕੂਗਾ? ਕੋਈ ਅਥਾਰਟੀ ਹੈ? ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਜਿਹੜਾ ਅਸੀਂ ਰੱਖਾਂਗੇ, ਵੱਡਾ ਸਵਾਲ ਅਸੀਂ ਇਹ ਰੱਖਿਆ ਕਿ ਕੇਂਦਰ ਵੱਲੋਂ ਸੱਦੀ ਬੈਠਕ ਲਈ ਕਿਸਾਨ ਜਥੇਬੰਦੀਆਂ ਵਿੱਚ ਤਾਲਮੇਲ ਤੋਂ ਤਿਆਰੀ ਤੱਕ ਸਸਪੈਂਸ ਕੀ ਹੈ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ, ਸਰਵਨ ਸਿੰਘ ਬੰਦੇਰ ਜਨਰਲ ਸਕੱਤਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ, ਅਤੇ ਇਸ ਟਰੈਕ ਤੋਂ ਬੈਠੇ ਹੋਏ ਨੇ ਸਾਡੇ ਨਾਲ ਵੀ। ਬੰਦੇਰ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ। ਸਰਵਨ ਸਿੰਘ ਚੰਨੀ ਫਾਰਮਰ IAS ਨੇ, BJP ਦੇ ਬੁਲਾਰੇ ਆ। ਚੰਨੀ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਹਰਦੀਪ ਸਿੰਘ ਕਿੰਗਰਾ ਇਹ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਬਕਾ, ਅਤੇ ਕਾਂਗਰਸ ਦੇ ਬੁਲਾਰੇ ਆ। ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਅਤੇ ਦਿੱਲੀ ਦੇ ਵਿੱਚ ਜਨਤਾ ਮਤ ਅਤੇ ਆਮ ਆਦਮੀ ਪਾਰਟੀ ਦਾ ਧਰਨਾ, ਅਤੇ ਅਮਰਜੀਤ ਸਿੰਘ ਉੱਥੋਂ ਬੈਠੇ ਸਾਡੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਹਾਂ। ਪੰਦੇਰ ਸਾਹਿਬ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੁੰਗਾ। ਪੰਦੇਰ ਸਾਹਿਬ, ਪੰਦੇਰ ਸਾਹਿਬ ਹੁਣ ਅੜਿੱਕਾ ਹੈ ਕਿੱਥੇ ਹੈ? ਜਿਹੜਾ ਤੁਹਾਡਾ ਬਿਆਨ ਹੈ ਇਸ ਤੋਂ ਪਹਿਲਾਂ ਮੈਂ ਸੁਣ ਰਿਹਾ, ਉਸ ਬਿਆਨ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਕੇਂਦਰ ਵੱਲੋਂ ਸਾਜ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਦੇਰ ਸਾਹਿਬ ਥੋੜ੍ਹਾ ਜਿਹਾ ਡਿਫਾਈਨ ਕਰ ਦਿਓ, ਪਾੜੇ ਕਿਵੇਂ ਜਾ ਰਹੇ ਹੋ ਤੁਸੀਂ, ਵੰਡੇ ਕਿਵੇਂ ਜਾ ਰਹੇ ਹੋ ਤੁਸੀਂ? ਆਵਾਜ਼ ਦੀ ਸਮੱਸਿਆ ਆ ਗਈ ਪੰਦੇਰ ਸਾਹਿਬ, ਮੇਰੀ ਆਵਾਜ਼ ਜੇ ਤੁਹਾਡੇ ਤੱਕ ਪਹੁੰਚਦੀ ਪਈ ਹੈ। ਮੇਰਾ ਸਵਾਲ ਇਹੀ ਹੈ, ਮੈਂ ਤੁਹਾਡਾ ਬਿਆਨ ਹੁਣੇ ਸੁਣਿਆ, ਉਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਸਾਜ਼ਿਸ਼ ਕਰ ਰਹੀ ਹੈ, ਸਾਨੂੰ ਪਾੜ ਰਹੀ ਹੈ, ਮੈਨੂੰ ਇਸ ਬਾਰੇ ਥੋੜ੍ਹਾ ਸਪਸ਼ਟੀਕਰਨ ਦੇ ਦਿਓ ਪੰਦੇਰ ਸਾਹਿਬ। ਪੰਦੇਰ ਸਾਹਿਬ ਆਵਾਜ਼ ਪਹੁੰਚ ਰਹੀ ਮੇਰੀ? ਹੈਲੋ ਪੰਦੇਰ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਪੰਦੇਰ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਚਲੋ ਕੋਈ ਨੀ ਕੋਈ ਨੀ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਪੰਦੇਰ ਸਾਹਿਬ, ਜਦੋਂ ਆਵਾਜ਼ ਆ ਗਈ ਮੇਰੀ ਮੈਨੂੰ ਦੱਸ ਦਿਓ ਕਿਰਪਾ ਕਰਕੇ। ਚੰਨੀ ਸਾਹਿਬ, ਤੁਹਾਡੇ ਤੇ ਇਲਜ਼ਾਮ ਹੈ, ਤੁਹਾਡੀ ਸਰਕਾਰ ਤੇ ਇਲਜ਼ਾਮ ਹੈ, ਤੁਸੀਂ ਕਿਸਾਨਾਂ ਨੂੰ ਪਾੜ ਰਹੇ ਹੋ, ਸਾਜ਼ਿਸ਼ ਕਰ ਰਹੇ ਹੋ, ਤੁਸੀਂ ਹਰਿਆਣਾ ਦੇ ਕਿਸਾਨਾਂ ਨੂੰ ਨਹੀਂ ਸੱਦ ਰਹੇ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਨਹੀਂ ਸੱਦ ਰਹੇ, ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਸੱਦ ਕੇ ਤੁਸੀਂ ਇਸ ਮੁੱਦੇ ਨੂੰ ਆਈਸੋਲੇਸ਼ਨ ਵਿੱਚ ਦੇਖ ਰਹੇ ਹੋ, ਪੰਜਾਬ ਬਨਾਮ ਕੇਂਦਰ ਸਰਕਾਰ ਜਾਂ ਪੰਜਾਬ ਬਨਾਮ ਦਿੱਲੀ ਕਰਨ ਦੀ ਕੋਸ਼ਿਸ਼ ਹੈ। ਚੰਨੀ ਸਾਹਿਬ, ਤੁਹਾਡੇ ਤੇ ਇਲਜ਼ਾਮ ਹੈ? ਕੇਪੀ ਜੀ, ਗੱਲ ਇਹ ਹੈਗੀ ਹੈ ਕਿ ਆਪਾਂ ਦੇਖਿਆ ਜਦੋਂ ਆਜ਼ਾਦੀ ਮਿਲੀ ਹੈ, ਜਿਹੜਾ ਪੰਜਾਬ ਹੈਗਾ ਉਹ ਹਮੇਸ਼ਾ ਹੀ ਲੀਡਰ ਹੈ ਆਪਣੇ ਖੇਤਰ ਦੇ ਵਿੱਚ, ਔਰ ਹੁਣ ਵੀ ਜਿਹੜੀ ਇਹ ਮੁਹਿੰਮ ਸ਼ੁਰੂ ਹੋਈ ਹੈ ਉਹ ਪੰਜਾਬ ਤੋਂ ਸ਼ੁਰੂ ਹੋਈ ਹੈ ਔਰ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ।
और जो पंजाब के किसान ने वह देश के सब तो वधिया किसान ने, सब तो वधिया उन्होंने ज्ञान है और किसानी की जिहड़ी समस्या हैगी है उसनू वह बहुत चंगी तरह समझते हैं और उस करके ही इन्होंने एक रोल मॉडल समझते हुए पंदेर साहब मेरी आवाज आ रही है, सरवन सिंह पंदेर मेरी आवाज आ रही थोड़े तक? सरवन सिंह पंदेर मेरी आवाज आ रही है? वैसे ही टुट के आ रही है यार, के भी तुम्हारी आवाज टुट टुट के आ रही है सानू भी। अच्छा चलो कोई नहीं, आप कोशिश करते हैं दुरुस्त करिए। किंगर साहब जे मेरी आवाज़ जिनी तुहाडे तक पहुँचती पी आ, तुसी भी सारे एक कमेटी बनाती है 3 मैंबरी वजीरां दी, तुसी भी गलबात कर ली उतावले हो इन्हां किसानां दे नाल, इह सर नौबत क्यों आ रही है किंगर साहब? किसानां नाल पहलां आप एकजुट होकर क्यों नहीं तुरदे पे गए? तो अगे तुहानूं अंदोलन गलत लगता पिया है किंगर साहब? देखो कांग्रेस की जिहड़ी सरकार है पंजाब दे विच, ते तुसी वेख्या होणा है कि कांग्रेस दे भूतपूर्व प्रधान जिहड़े देश के राहुल गांधी जी ने एक यात्रा कढ़ी है इत्थे किसानां दे हक दे विच, जिहड़ी सरकार है वह किसानां दे हक च है, लेकिन कुछ समस्यावां अजिहियां ने जिहड़ियां के जिन्हां दा कैसकेडिंग इफेक्ट हुंदा हैगा। किसान वीरां नूं भी उन्हां बारे थोड़ा जिहा जाणू होना चाहिए, इकनोमिक मैगनीफिकेशन कहिंदे आ उहनूं। जे तुसीं देखो हुण जिवें कल किसी ने बयान दिता जे 15 दिन बिजली बंद रहेगी तां असीं नेड़े च रह लांगे, 15 दिन बिजली बंद का सवाल नहीं है केपी, इत्थे इत्थे सवाल है कि 15 दिन बिजली बंद रहन दे नाल होवेगा की? कल्ली थोड़े घरां च नेरा नहीं होएगा, थोड़े इकनोमिक एक्टिविटी पंजाब दी बिल्कुल स्टैंड स्टिल हो जाएगी, उहदा कैसकेडिंग इफेक्ट होएगा, सारे सैक्टर दे उत्ते पएगा और वह इकनोमिक मैगनीफिकेशन हो जाएगी उहदी, एक थां ते एक है दूजे थां ते दो हो जाएगा, फिर 4 हो जाएगा, फिर 6 हो जाएगा, फिर 8 हो जाएगा। यह नुकसान जिहड़ा है यह किसान वीर नूं समझना चाहिए कि माल गड्डियां जिहड़ियां ने बहुत सारिया समस्या ने जिहड़ियां पंजाब सरकार किसानां दे जो तक नाल दा संबंध है, पंजाब सरकार ने तो पहले ही कहता भी असीं किसानां दे नाल आ, पंजाब सरकार ने तो एक बड़ा वड्डा मार्च कढ़िया, पंजाब सरकार दे मुख्यमंत्री उस मार्च शामिल होए। सर किसान, सर किसान जिहड़ी डिमांड करदा सर किंगला साहब, किसान कह रहा है कि जो तुसीं ट्रैक्टर मार्च करदे उदों करोना है नहीं गा, जो विधानसभा दा इजलास सदना उदों तक करोना आ जांदा है, किंगला साहब ये किहो जिहा तर्क है? नहीं नहीं ये देखो तुम हूँ मुद्दा बदल लिया, विधानसभा का सैशन सदन वास्ते एक नोटिस देना पैंदा है, मिनीमम एक तैयारी करनी पैंदी है, प्रेशर ला के विधानसभा का सैशन नहीं सदा सकते, कदे भी एजिटेटर्स नूं समझना चाहिए कि तुम एक डिमांड रखी है कि विधानसभा का सैशन सदो, हुण कदों सैशन सदो यह तो सैशन सरकार से छोड़ो ना, जो सरकार तुहाडे नाल सैशन सदना बहुत सारे सवाल है, सूबे ते केंद्र सरकार दोनों सदे दे रहे हैं, दोनों कहिंदे असीं बैठक करनी है, पर किसान जथेबंदियां दे विच इस बैठक लई की तैयारी है ते किन्ना सस्पेंस है? सस्पेंस इस करके है क्योंकि कुछ खबरें इहो जी आ रही हैं कि एक दो किसान जथेबंदियां ने यह सदा जिहड़ा वो कबूलन तो इनकार कर दिता है, पर बैठक जो होनी है बैठक से स्पष्ट होगा। ब्रेक तो वापस आ रहे हैं, सवाल असं ये पूछ रहे हैं कि केंद्र वालों सदी बैठक लिए किसान जथेबंदियों से तालमेल तो तैयारी तक सस्पेंस की है, खास मेहमान साढ़े मौजूद है पंदेर साहब मेरी आवाज़ जो थोड़े तक पहुँचती हो, क्योंकि जिमें आवाज़ दिल्ली तक घट पहुँचती पी, मेरी आवाज़ भी थोड़े तक घट पहुँचती पी, मैं उम्मीद है कि हूँ आवाज़ पहुँचती होगी। पंदेर साहब थोड़ा जिहड़ा तुसीं पहला सवाल मैं तुहानूं पूछ रहा सी उही सवाल मैं दोहरा रहा, तुसीं सर केंद्र की साजिश क्यों इसनूं करार दे रहे हो इस सद्दा पत्र नूं?
ਦੇਖੋ ਜੀ, ਇਹਦੇ ਵਿੱਚ ਅਸੀਂ ਜਿਹੜਾ ਮੀਟਿੰਗ 'ਚ ਨਾ ਜਾਣ ਦਾ ਫੈਸਲਾ ਕੀਤਾ ਉਹਦੇ ਵਿੱਚ ਅਸੀਂ ਦਲੀਲਾਂ ਕਿ ਕਾਰਨ ਕੀ ਸੀ ਉਵੇਂ ਨਹੀਂ ਅਸੀਂ ਤਾਂ ਵੀ ਪ੍ਰਧਾਨ ਮੰਤਰੀ ਜਾਂ ਕੱਲ੍ਹ ਦਾ ਬਿਆਨ ਤੁਸੀਂ ਵੇਖ ਲਓ, ਉਹ ਕਹਿੰਦੇ ਆ ਵੀ ਅਸੀਂ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਲਿਆਂਦਾ। ਹੁਣ ਆਮਦਨ ਵਧਾਉਣ ਤੇ ਕੋਈ ਰੋਡ ਮੈਪ ਹੈ ਪ੍ਰਧਾਨ ਮੰਤਰੀ ਦਾ? ਬਹੁਤ ਵੱਡੀ ਪੋਸਟ ਹੈ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਸਾਡੀਆਂ ਖਾਦਾਂ ਦੇ ਰੇਟ ਵੱਧ ਰਹੇ, ਪੈਸਟੀਸਾਈਡ ਦੇ ਰੇਟ ਵੱਧ ਰਹੇ, ਡੀਜ਼ਲ ਰੇਟ ਸਮਾਨਾਂ ਨੂੰ ਸੋਚੇ, ਖੇਤੀ ਮਸ਼ੀਨਰੀ ਵੱਧ ਰਹੀ, ਸਾਡੇ ਜਿਹੜੇ ਰੇਟਸ ਹੈਗੇ ਆਪਣੇ ਲੇਬਰ ਤੇ ਉਹ ਵੱਧ ਰਹੇ, ਭਾਅ ਸਾਡੇ ਵਧਾਏ ਨਹੀਂ ਜਾ ਰਹੇ। ਪਹਿਲੋਂ ਸਾਨੂੰ ਜਿੰਨੀ, ਮੈਂ PAU ਦੇ ਅੰਕੜੇ ਦਿੰਦਾ, PAU ਸਰਕਾਰ ਦਾ ਅਦਾਰਾ ਵਾ, 2006 ਦੇ ਵਿੱਚ ਸਤੰਬਰ 2006 ਤੋਂ ਦੇ ਅੰਕੜੇ ਆਏ ਵੀ ਤੁਹਾਡੇ ਇੱਕ ਕੁਇੰਟਲ ਝੋਨੇ ਤੇ 2050 ਰੁਪਏ ਆ ਰਹੇ, ਕੱਢ ਲੈਣਾ ਅੰਕੜੇ। ਤੇ ਉਦੋਂ ਸਾਡਾ ਰੇਟ 1500 ਰੁਪਈਏ ਦੇ ਨੇੜੇ ਸੀਗਾ, 125 ਰੁਪਈਆ ਸਾਨੂੰ ਉਦੋਂ ਘਾਟਾ ਪੈ ਰਿਹਾ, ਸਰਕਾਰ ਦੇ ਅੰਕੜੇ ਅਸੀਂ ਨਹੀਂ ਕਹਿੰਦੇ, ਸਾਨੂੰ ਤਾਂ ਰੇਟ ਵੀ ਨਹੀਂ ਪੂਰੇ ਮਿਲਦੇ। ਫਿਰ ਪ੍ਰਧਾਨ ਮੰਤਰੀ ਜੀ ਨਾ ਤਾਂ ਸਾਡੀ ਉਪਜ ਦਾ ਰੇਟ ਵੱਧ ਦੇਣ, ਇਹ ਕਿਹੜੇ ਦਾਅਵੇ ਵੀ ਕਿਹੜੇ ਤਰੀਕੇ ਨਾਲ ਸਾਡੇ ਜਿਹੜੇ ਆ ਉਹ ਵੱਧ ਜਾਣੇ ਆ, ਆਮਦਨ ਦੂਣੀ ਹੋ ਜਾਣੀ ਆ? ਦੂਸਰਾ ਮੈਂ ਸਰਕਾਰ ਦੇ ਅੰਕੜੇ ਦੱਸਦਾ, ਹੁਣ ਜਿਹੜੇ ਆਏ ਆ ਜਿਹੜੇ ਬਿਹਾਰ, ਉੱਤਰਾਖੰਡ, ਇਹਦੋਂ ਗੱਲ ਝਾੜਖੰਡ, ਬੰਗਾਲ ਦੇ ਆ, ਉੱਥੇ ਸਰਕਾਰ ਦਾ ਅੰਕੜਾ ਵੀ ਇੱਕ ਸਾਲ ਦੀ ਸਾਲਾਨਾ ਕਿਸਾਨਾਂ ਦੀ ਆਮਦਨ 17,000 ਰੁਪਈਆ ਵਾ, ਪੰਜਾਬ ਦੇ ਕਿਸਾਨਾਂ ਦੀ ਆਮਦਨ ਹੈਗੀ 24,000 ਰੁਪਈਆ ਸਾਲ ਦੀ। ਜੇ ਦੂਣੀ ਵੀ ਕਰ ਦੇਣ ਤੇ ਕਿੰਨੀ ਬਣ ਗਈ? ਤੁਸੀਂ ਉਹਦੀ ਦਿਹਾੜੀ ਕੱਢ ਲਓ 250 ਰੁਪਈਆ। ਮਤਲਬ ਸਾਨੂੰ ਤਾਂ ਇਹ ਦੱਸੋ ਵੀ ਤੁਸੀਂ ਤਾਂ ਬੋਲੀ ਜਾਂਦੇ ਲਗਾਤਾਰ ਭਾਈ ਵੀ ਦੂਣੀ ਕਰਨੀ ਆ, ਉਹਦਾ ਕੋਈ ਰੋਡ ਮੈਪ, ਕੋਈ ਤੱਥ ਹੈਗੇ ਤੁਹਾਡੇ ਕੋਲੇ? ਸੋ ਜਦੋਂ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਨੇ ਵੀ ਅਸੀਂ ਆਮਦਨ ਵਧਾਉਣ ਵਾਲਾ ਕਾਨੂੰਨ ਲੈ ਕੇ ਆਏ ਹਾਂ, ਉਹਦਾ IAS ਅਫਸਰ ਜਿਹੜਾ ਆਪਣਾ ਐਗਰੀਕਲਚਰ ਸੈਕਟਰ ਦਾ ਸਕੱਤਰ ਆ, ਉਹ ਪ੍ਰਧਾਨ ਮੰਤਰੀ ਦੇ ਉਲਟ ਜਾ ਕੇ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਫੈਸਲਾ ਕਿਵੇਂ ਕਰ ਲੂਗਾ? ਇੱਕ ਤਾਂ ਇਹ ਲੱਗਦੀ ਸਾਜਿਸ਼, ਦੂਜਾ ਪੰਜਾਬ ਨੂੰ ਕਿਉਂ ਪਾੜਿਆ ਜਾ ਰਿਹਾ ਦੇਸ਼ ਨੂੰ? ਕਾਨੂੰਨ ਤਾਂ ਦੇਸ਼ ਦੇ ਸਾਰੀ ਖੇਤੀ ਦੇ ਵਿਰੁੱਧ ਨੇ, ਕਿਉਂਕਿ ਪਹਿਲੋਂ ਜਿਹੜੇ ਦੂਜੇ ਸੂਬੇ ਨੇ ਉਹਨਾਂ ਦਾ ਹਾਲਾਤ ਤੇ ਪਹਿਲੋਂ ਮਾੜੇ ਨੇ। ਕੁੱਲ ਖਰੀਦ ਦੀ 6% ਹੀ ਖਰੀਦ ਹੁੰਦੀ ਆ ਜਿਹੜੀ ਪ੍ਰੋਕਿਓਰਮੈਂਟ ਹੁੰਦੀ ਕਣਕ ਝੋਨੇ ਦੀ, ਕੇਵਲ ਬਾਕੀ ਫਸਲਾਂ ਦੀ ਪ੍ਰੋਕਿਓਰਮੈਂਟ ਨਹੀਂ। 94% ਜਿਹੜੇ ਹੋਰ ਸਟੇਟਾਂ ਦੇ ਕਿਸਾਨ ਨੇ ਉਹ ਲੁੱਟੇ ਜਾਂਦੇ ਨੇ। 2006 ਦੇ ਵਿੱਚ ਬਿਹਾਰ ਦੇ ਵਿੱਚ ਇਹ ਮਾਡਲ ਲਾਗੂ ਕਰ ਦਿੱਤਾ ਗਿਆ ਵੀ ਉੱਥੇ ਮੰਡੀ ਤੋੜ ਦਿੱਤੀ ਗਈ। ਇਹ ਦੱਸਣ ਪਿਛਲੀ ਵਾਰ ਬਿਹਾਰ ਦਾ ਝੋਨਾ 1350 ਨੂੰ ਵਿਕਿਆ, ਇਹ ਖਬਰਾਂ ਆਉਂਦੀਆਂ ਨੇ ਵੀ ਬਿਹਾਰ ਦੇ ਕਿਸਾਨ ਜਿਹੜੇ ਵਪਾਰੀ ਆ ਉਹ ਤਸਕਰੀ ਕਰਕੇ ਹਰਿਆਣੇ ਪੰਜਾਬ 'ਚ ਝੋਨਾ ਵੇਚਦੇ ਆ। ਪਿਛਲੀ ਵਾਰ ਬਿਹਾਰ ਦੀ ਕਣਕ 1650 ਰੁਪਈਏ ਨੂੰ ਖਰੀਦੀ ਗਈ, ਇਹਨਾਂ ਦਾ ਇਹ ਫਾਰਮੂਲਾ ਫੇਲ ਹੋ ਗਿਆ ਜਿਹੜਾ ਪ੍ਰਾਈਵੇਟ ਪਾਰਟਨਰ ਦਾ ਇਹ ਕਹਿ ਰਹੇ ਨੇ, ਤੇ ਇਹ ਫਾਰਮੂਲਾ ਹੁਣ ਪ੍ਰਧਾਨ ਮੰਤਰੀ ਜੀ ਕਿਵੇਂ? ਹਾਂ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲਾਂ ਕਹੇ ਵੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਨੇ, ਉਹ ਆ ਕੇ ਹਿਮਾਚਲ 'ਚ ਬੋਲਣ ਵੀ ਇਹ 21ਵੀਂ ਸਦੀ ਦਾ ਸਭ ਤੋਂ ਤਗੜਾ ਫੈਸਲਾ ਵਾ, ਭਾਜਪਾ ਦੇ ਪ੍ਰਵਕਤਾ ਪੰਜਾਬ 'ਚ ਬੋਲਣ ਗਰੇਵਾਲ ਜੀ ਵੀ ਇਹ ਕਾਨੂੰਨ ਕਿਸਾਨ ਨਹੀਂ ਵਾਪਸ ਹੋਣੇ, ਜੇ ਗੱਲ ਕਰਨੀ ਸਾਡੇ ਨਾਲ ਗੱਲ ਕਰ ਲਓ। ਤਰੁਣ ਚੁੱਗ ਜੀ ਬਿਆਨ ਦੇਣ ਵੀ ਅਸੀਂ ਕਾਨਫਰੰਸਾਂ ਕਰਕੇ ਕਿਸਾਨਾਂ ਨੂੰ ਸਮਝਾ ਰਹੇ ਹਾਂ ਤੇ 13 ਨੂੰ ਟਰੈਕਟਰ ਰੈਲੀ ਕਰ ਲੈ, ਫਿਰ ਗੱਲਬਾਤ 'ਚ ਜਾਣ ਦਾ ਕੀ ਤੁੱਕ ਤੁੱਕ ਕੀ ਰਹਿ ਜਾਂਦੀ? ਤੋ ਤਾਂ ਸਾਜਿਸ਼ ਆ। ਹਰਿਆਣੇ ਦੇ ਵਿੱਚ ਸਾਡੇ ਨਾਲ ਵੱਧ ਅੰਦੋਲਨ ਚੱਲ ਰਿਹਾ, ਖੱਟਰ ਸਰਕਾਰ ਲਗਾਤਾਰ ਕੁੱਟ ਰਹੀ ਹਰਿਆਣੇ ਦੇ ਕਿਸਾਨ ਨੂੰ, ਉਹਨਾਂ ਦੀਆਂ 17 ਜਥੇਬੰਦੀਆਂ ਨੂੰ ਕਿਉਂ ਨਹੀਂ ਸੱਦਿਆ ਗਿਆ? ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ ਸੱਦਿਆ ਜਾਂਦਾ? ਹਾਂ, ਬਿਹਾਰ ਦੀ ਇਲੈਕਸ਼ਨ ਆਉਣੀ ਆ, ਪ੍ਰਧਾਨ ਮੰਤਰੀ ਜੀ ਵੋਟਾਂ ਮੰਗਣ ਜਾ ਸਕਦੇ ਆ ਕਿਸਾਨਾਂ ਮਜ਼ਦੂਰਾਂ ਕੋਲ, 80% ਕਿਸਾਨਾਂ ਮਜ਼ਦੂਰ ਵੋਟਾਂ, ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕਰ ਸਕਦੇ? ਇਹ 'ਚ ਭਾਈ ਡਿਪਲੋਮੈਸੀ ਦੀ ਕੀ ਸਵਾਲ ਆ ਰਹੀ ਹੈ? ਬਹੁਤ ਇੰਪੋਰਟੈਂਟ ਪੁਆਇੰਟ ਹੈ ਤੁਹਾਡੇ, ਮੈਂ ਲੈ ਕੇ ਜਾ ਰਿਹਾ। ਚੰਨੀ ਸਾਹਿਬ ਤੇ ਸਰ, ਤੁਸੀਂ ਸੁਣ ਲਿਆ, ਮੈਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਗੀ, ਇਹ ਸਾਫ਼ ਤੇ ਸਪਸ਼ਟ ਕਹਿ ਰਿਹਾ ਬਿਹਾਰ ਦਾ 650 ਰੁਪਏ 'ਚ ਝੋਨਾ, 1650 ਰੁਪਏ ਦੀ ਕਣਕ ਜਿਹੜੀ ਕਿ ਉਹ ਸਮਗਲਿੰਗ ਕਹਿੰਦੇ ਕਰਦੇ ਪਏ ਆ ਜਾਂ ਇੱਧਰ ਲਿਆ ਕੇ ਉੱਧਰ ਵੇਚਦੇ ਪਏ ਆ, ਜਿਹੜਾ ਮਰਜ਼ੀ ਸ਼ਬਦ ਸਰ ਤੁਸੀਂ ਵਰਤ ਲਓ। ਮੇਰਾ ਸਵਾਲ ਹੈ ਚੰਨੀ ਸਾਹਿਬ, ਇਹ ਜਿਹੜਾ ਸਵਾਲ ਕਿਸਾਨ ਆਗੂ ਉਠਾ ਰਿਹਾ ਹੈ, ਉਹ ਸਵਾਲ ਦਾ ਜਵਾਬ ਤੁਸੀਂ ਦੇ ਸਕਦੇ ਹੋ ਕਿ ਮੋਦੀ ਸਾਹਿਬ ਕਿਸਾਨਾਂ ਦੇ ਵਿੱਚ ਜਾ ਕੇ ਬੋਲ ਪੈਣ, ਇਹ ਕਹਿਣ ਕਿ ਅਸੀਂ ਕਿਵੇਂ ਆਮਦਨ ਦੁੱਗਣੀ ਕਰ ਦੇਵਾਂਗੇ ਇਹਨਾਂ ਦੀ? ਦੇਖੋ KP ਜੀ, ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ ਕਿ ਜਿਹੜੀ ਸਾਡਾ ਜਿਹੜਾ ਮੁਲਕ ਹੈ ਉਹ ਬਹੁਤ ਡਾਇਵਰਸੀਫਿਕੇਸ਼ਨ ਦੇ ਵਿੱਚ ਡਾਇਵਰਸੀਫਾਈਡ ਹੈ, ਜਿਹੜਾ ਸਾਡਾ ਸਟੇਟ ਆਫ ਸੋਸਾਇਟੀ ਹੈ ਉਹ ਬਹੁਤ ਡਿਫਰੈਂਟ ਹੈ। ਪੰਜਾਬ ਇੱਕ ਲੈਵਲ ਤੇ ਖੜਾ ਹੈ, ਹਰਿਆਣਾ ਇੱਕ ਲੈਵਲ ਤੇ ਖੜਾ ਹੈ, ਬਿਹਾਰ ਇੱਕ ਤੇ ਹੈ, ਜਿਹੜਾ ਇਸ ਤਰ੍ਹਾਂ ਸਾਰੀਆਂ ਸਟੇਟਾਂ ਦੀ ਵੱਖਰੀ ਵੱਖਰੀ ਸਮੱਸਿਆ ਨੇ। ਸਾਡੇ ਜੋ ਲਿੰਕ ਰੋਡਸ ਬਣੀਆਂ ਨੇ, ਮੰਡੀਕਰਨ ਬਣਿਆ ਹੈਗਾ ਸਰ, ਹਰਿਆਣੇ ਦੀ ਸਮੱਸਿਆ ਸੇਮ ਨਹੀਂ ਸਰ ਜੋ ਪੰਜਾਬ 'ਚ ਸਮੱਸਿਆ ਹੈ। ਆਪਾਂ ਚੰਨੀ ਸਾਹਿਬ ਕਿਉਂ ਇਹੋ ਜਿਹੇ ਆਰਗੂਮੈਂਟ ਦੇ ਰਹੇ ਹਾਂ ਚੰਨੀ ਸਾਹਿਬ? ਤੁਸੀਂ ਮੇਰੀ ਗੱਲ ਇੱਕ ਮਿੰਟ ਲੈਟ ਮੀ ਫਿਨਿਸ਼, ਮੈਂ ਗੱਲ ਕਰ ਲੈ ਲਓ। ਮੈਂ ਕਹਿ ਰਿਹਾ ਕਿ ਸਾਡੇ ਜਿਹੜੇ ਸਾਡਾ ਜਿਹੜਾ ਮੁਲਕ ਇੰਨਾ ਵੱਡਾ ਹੈਗਾ ਉਹਦੇ ਵਿੱਚ ਡਾਇਵਰਸ ਪ੍ਰੋਬਲਮਸ ਨੇ, ਉਹਨਾਂ ਦਾ ਹੱਲ ਜਿਹੜਾ ਹੈਗਾ ਉਹ ਸਟੇਟ ਵਾਈਡ ਹੀ ਹੋਏਗਾ। ਚਲੋ ਮੈਨੂੰ ਚੰਨੀ ਸਾਹਿਬ ਇਹ ਦੱਸ ਦੋ, ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਸੱਦਾ ਪੱਤਰ ਦੇਤਾ, ਬਿਹਾਰ ਦੇ ਨੂੰ, ਹਰਿਆਣੇ ਦੇ ਨੂੰ ਕਦੋਂ ਵਾਰ ਬੁਲਾ ਰਹੇ ਹੋ ਇਹ ਦੱਸ ਦੋ? ਮੈਂ ਆ ਰਿਹਾ ਅਮਰਜੀਤ ਜੀ ਤੁਹਾਡੇ ਕੋਲੇ। ਉਹਨਾਂ ਨੂੰ ਵੀ ਬੁਲਾਇਆ ਜਾਏਗਾ, ਸਾਰੇ ਜਿਹੜਾ ਕਾਨੂੰਨ ਬਣਿਆ ਸਾਰੇ ਮੁਲਕ ਵਾਸਤੇ ਬਣਿਆ,
ਕੱਲੇ ਪੰਜਾਬ ਵਾਸਤੇ ਨਹੀਂ ਬਣਿਆ, ਪਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਇੱਕ ਰੋਲ ਮਾਡਲ ਸਮਝ ਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ। ਮੇਰੀ ਮੈਂ ਇੱਕ ਵਾਰੀ ਫਿਰ ਚੰਨੀ ਸਾਹਿਬ ਜੇ ਰੋਲ ਮਾਡਲ ਸਮਝਾਉਂਦਾ ਪੰਜਾਬ ਨੂੰ ਸਰ, ਪਹਿਲਾਂ ਸੱਦ ਦੇ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲਪ ਕਰਦੇ, ਪੰਜਾਬ ਦੇ ਕਿਸਾਨਾਂ ਨਾਲ ਕਾਨਫਰੰਸ ਕਰਦੇ। ਸਰ ਮੈਂ ਆ ਰਿਹਾ ਵਾਪਸ ਆਊਂਗਾ। ਅਮਰਜੀਤ ਜੀ, ਤੁਸੀਂ ਹੁਣ ਇਹ ਦਾਅਵੇ ਕਰਦੇ ਪਏ ਹੋ ਕਿ ਅਸੀਂ ਦਿੱਲੀ ਦੇ ਜੰਤਰ ਮੰਤਰ ਪਹੁੰਚ ਗਏ ਹਾਂ, ਬਾਕੀ ਜਥੇਬੰਦੀਆਂ ਜਾਂ ਬਾਕੀ ਸਿਆਸੀ ਧਿਰਾਂ ਨਹੀਂ ਪਹੁੰਚੀਆਂ। ਅਮਰਜੀਤ ਜੀ, ਦਿੱਲੀ ਜਾ ਕੇ ਤੁਸੀਂ ਉੱਥੋਂ ਉੱਥੇ ਕੀ ਕਹਿ ਰਹੇ ਹੋ ਮੋਦੀ ਸਰਕਾਰ ਨੂੰ? ਕੇਪੀ ਜੀ, ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆਂਗਾ ਜ਼ਰੂਰ, ਪਰ ਮੈਂ ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਤੇ ਇੱਕ ਚਾਨਣਾ ਪਾਉਣਾ ਚਾਹੁੰਦਾ ਹੈ। ਜਿਵੇਂ ਭੰਦੇਰ ਜੀ ਨੇ ਕਿਹਾ ਹੈ ਅਤੇ ਚੰਨੀ ਜੀ ਉਸ ਗੱਲ ਦਾ ਬਹਾਨਾ ਬਣਾ ਰਹੇ ਨੇ ਕਿ ਬਿਹਾਰ ਦੇ ਵਿੱਚ ਜਿਹੜਾ ਉਹ ਕਾਨੂੰਨ ਸੀ ਉਹ 2006-07 ਦੇ ਵਿੱਚ ਲਾਗੂ ਕਰ ਦਿੱਤਾ ਗਿਆ। ਸ਼ਾਇਦ ਭੰਦੇਰ ਜੀ ਨੂੰ ਇਸ ਗੱਲ ਦੀ ਨੌਲੇਜ ਨਹੀਂ ਹੈ ਕਿ ਇਹ ਕਾਨੂੰਨ ਪੰਜਾਬ ਦੇ ਵਿੱਚ ਵੀ 2006-07 ਤੋਂ ਹੀ ਲਾਗੂ ਹੈ। ਜਿਹੜੇ ਅਡਾਨੀ ਅਬਾਨੀ ਆਏ ਨੇ ਉਹ 2006 'ਚ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਇਆ, ਜਿਸ ਕਾਨੂੰਨ ਨੂੰ ਬਾਦਲਾਂ ਨੇ ਦੁਬਾਰਾ 2013 ਦੇ ਵਿੱਚ ਜਿਹੜੀ ਸੀ ਉਹਦੇ ਵਿੱਚ ਸੋਧ ਕਰਕੇ ਅਤੇ ਇੱਕ ਹੋਰ ਇੱਕ ਜਿਹੜਾ ਕਾਨੂੰਨ ਸੀ ਉਹਨੂੰ ਨਵੇਂ ਸਿਰੇ ਤੋਂ ਪਾਸ ਕਰ ਦਿੱਤਾ। ਮਤਲਬ ਇਹ ਜਿਹੜਾ ਪ੍ਰਾਈਵੇਟ ਸੈਕਟਰ ਹੈ ਜਿਹਨੂੰ ਕੋਆਪਰੇਟ ਕਰਾਉਣੇ ਅਸੀਂ ਕਹਿੰਦੇ ਹਾਂ, ਸਾਡੇ ਪੰਜਾਬ ਦੀ ਇੱਕ ਬੜੀ ਵੱਡੀ ਤ੍ਰਾਸਦੀ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਕੋਆਪਰੇਟ ਕਰਾਉਣੇ ਸਿਰਫ ਗੁਜਰਾਤ ਜਾਂ ਯੂਪੀ 'ਚ ਨਹੀਂ, ਦਿੱਲੀ 'ਚ ਨਹੀਂ ਹੈ, ਕੋਆਪਰੇਟ ਕਰਾਉਣੇ ਪੰਜਾਬ 'ਚ ਵੀ ਨੇ। ਤੇ ਸਭ ਤੋਂ ਵੱਡਾ ਪੰਜਾਬ ਦਾ ਕੋਆਪਰੇਟ ਕਰਾਉਣਾ ਇਸ ਵੇਲੇ ਬਾਦਲਾਂ ਦਾ ਹੈ। ਹਰ ਪੰਜਾਬ ਦੇ ਸੈਕਟਰ ਦੇ ਵਿੱਚ, ਚਾਹੇ ਉਹ ਇੰਡਸਟਰੀ ਦਾ ਹੋਵੇ, ਚਾਹੇ ਉਹ ਕੋਈ ਹੋਟਲ ਹੋਵੇ, ਹੋਟਲ ਮੈਨੇਜਮੈਂਟ ਹੋਵੇ, ਚਾਹੇ ਉਹ ਕੋਈ ਮਾਫੀਆ। ਸਰ ਅਮਰਜੀਤ ਜੀ, ਅਮਰਜੀਤ ਜੀ, ਆਪਾਂ ਨਹੀਂ, ਅਮਰਜੀਤ ਜੀ ਆਪਾਂ ਸੁਣ ਲਈਏ ਸਰ, ਇੱਦਾਂ ਤੁਸੀਂ ਨਹੀਂ ਡਿਬੇਟ ਚਲਾਓਗੇ। ਅਮਰਜੀਤ ਜੀ, ਅਮਰਜੀਤ ਜੀ ਮੇਰਾ ਸਵਾਲ ਸੁਣ ਲਓ ਸਰ, ਇੱਦਾਂ ਡਿਬੇਟ ਨਹੀਂ ਚੱਲਣੀ ਸਰ। ਅਮਰਜੀਤ ਜੀ, ਆਪਾਂ ਕਿਸਾਨਾਂ ਦੀ ਗੱਲ ਕਰਨੀ ਕਿ ਬਾਦਲਾਂ ਦੀ ਕਰਨੀ ਹੈ? ਸਰ ਮੈਂ ਬਾਦਲਾਂ ਸਪੋਰਟਰ ਨਹੀਂ ਹੈਗਾ ਸਰ, ਆਪਾਂ ਮੁੱਦੇ ਨੂੰ ਭਟਕਾਈਏ ਨਾ, ਮੈਂ ਬੈਠਕ ਦੀ ਗੱਲ ਕਰ ਰਿਹਾ, ਤੁਸੀਂ ਬਾਦਲਾਂ ਦੀ ਗੱਲ ਕਰ ਰਹੇ ਹੋ। ਸਰ ਬਾਦਲਾਂ ਦੀ ਗੱਲ ਕਰਨ ਵਾਸਤੇ ਸਰ ਡਿਬੇਟ ਵੱਖਰੀ ਕਰ ਲੂੰਗਾ, ਮੈਂ ਵੱਖਰੀ ਕਰ ਲੂੰ। ਅਮਰਜੀਤ ਜੀ ਨਹੀਂ, ਇੱਦਾਂ ਚੱਲਣਾ, ਇੱਦਾਂ ਨਹੀਂ ਚੱਲਣਾ ਸਰ। ਅਮਰਜੀਤ ਜੀ, ਸਰ ਇੱਦਾਂ ਨਹੀਂ ਚੱਲਣਾ। ਅਮਰਜੀਤ ਜੀ, ਪੰਜਾਬ ਵਾਲਿਆਂ ਦੀ ਅੰਡਾਨੀਆਂ ਨਾਲ, ਮੋਦੀ ਨਾਲ। ਅਮਰਜੀਤ ਜੀ, ਉਹ ਠੀਕ ਹੈ ਗੱਲ ਤੁਹਾਡੀ ਸਰ, ਮੈਂ ਗੱਲ ਕਿਸਾਨਾਂ ਦੀ ਕਰਦਾ ਪਿਆ, ਤੁਸੀਂ ਬਾਦਲਾਂ ਦੀ ਕਰੀ ਜਾਂਦੇ ਹੋ। ਕੇਪੀ ਜੀ, ਸਰ ਕਿਸਾਨਾਂ ਦੇ ਮੁੱਦੇ ਤੇ ਗੱਲ ਕਰ ਲਓ ਸਰ। ਮੈਂ ਮੁੱਦੇ ਤੇ ਕਿਸਾਨਾਂ ਦੇ ਤਿਆਰ ਹਾਂ ਸਰ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਂ ਥੋੜਾ। ਸਰ ਇੰਨਾ ਘੁਮਾ ਕੇ ਜਾਓਗੇ ਸਰ, ਸਿਆਸੀ ਸਟੇਜ ਥੋੜੀ ਹੈਗੀ ਹੈ ਸਰ, ਪਲੀਜ਼ ਆਪਾਂ ਪੁਆਇੰਟ ਟੂ ਦਾ ਪੁਆਇੰਟ ਗੱਲ ਕਰੀਏ। ਅਮਰਜੀਤ ਜੀ, ਕੇਪੀ ਜੀ ਸਾਹਿਬ, ਤੁਸੀਂ ਉਸ ਗੱਲ ਨੂੰ ਦੂਸਰੇ ਤਰੀਕੇ ਨਾਲ ਲੈ ਗਏ ਹੋ, ਪਰ ਕੋਈ ਗੱਲ ਨਹੀਂ। ਤੁਸੀਂ ਗੱਲ ਕੀਤੀ ਹੈ ਕਿ ਅਸੀਂ ਦਿੱਲੀ 'ਚ ਜਾ ਕੇ ਜਿਹੜਾ ਧਰਨਾ ਲਾਇਆ ਉਹਦਾ, ਅਸੀਂ ਪੰਜਾਬ ਦੇ ਵਿੱਚ 31 ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਹਮਾਇਤ ਕੀਤੀ ਹੈ। ਸਾਡੇ ਜਿੰਨੇ ਪਾਰਟੀ ਵਲੰਟੀਅਰ ਸੀ, MLA ਸੀ, ਸਾਰੇ ਜਿਹੜੇ ਸੀ ਉਹ ਜਥੇਬੰਦੀਆਂ ਦੇ ਧਰਨਿਆਂ ਦੇ ਵਿੱਚ ਬੈਠੇ, ਉਹਨਾਂ ਦੇ ਫਲੈਗ ਹੇਠ ਬੈਠੇ। ਇੱਕ ਡਿਮਾਂਡ ਸੀਗੀ ਕਿ ਲੜਾਈ ਜਿਹੜੀ ਹੈ ਉਹ ਦਿੱਲੀ ਸੈਂਟਰ ਸਰਕਾਰ ਨਾਲ ਹੈ, ਅਤੇ ਪੰਜਾਬ ਦੇ ਵਿੱਚ ਧਰਨੇ ਕਿਉਂ ਲਗਾਏ ਜਾਂਦੇ ਨੇ? ਪੰਜਾਬ ਦੇ ਲੋਕ, ਅਸੀਂ ਇਹ ਦਿਖਾਉਣਾ ਚਾਹੁੰਦੇ ਸੀ, ਪੰਜਾਬ ਦੇ ਕਿਸਾਨੀ ਨੂੰ ਇਹ ਦਰਸਾਉਣਾ ਚਾਹੁੰਦੇ ਸੀ ਵੀ ਅਸੀਂ ਨਿਰਪੱਖ ਤੁਹਾਡੇ ਨਾਲ ਆ। ਉਸ ਕਰਕੇ ਅਸੀਂ ਜੋ ਇਹਨਾਂ ਦਾ ਆਬਜੈਕਸ਼ਨ ਸੀ ਸਾਡੀ ਪਾਰਟੀ ਉੱਤੇ, ਕਿਉਂ ਦਿੱਲੀ ਦੇ ਵਿੱਚ ਧਰਨਾ ਨਹੀਂ ਦਿੱਤਾ ਜਾਂਦਾ? ਅਮਰਜੀਤ ਜੀ, ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿਰਪਾ ਕਰਕੇ। ਇਹ ਕਾਲ ਭਗਵੰਤ ਮਾਨ ਦੀ ਹੈ ਜਾਂ ਅਰਵਿੰਦ ਕੇਜਰੀਵਾਲ ਦੀ ਹੈ, ਇਹ ਕਾਲ ਦਿੱਲੀ ਵਾਲੀ? ਇਹ ਕਾਲ ਅਰਵਿੰਦ ਕੇਜਰੀਵਾਲ ਦੀ ਆ, ਔਰ ਅਰਵਿੰਦ ਕੇਜਰੀਵਾਲ ਜੀ ਖੁਦ ਉਸ ਧਰਨੇ 'ਚ ਮੌਜੂਦ ਸੀ। ਅਗਰ ਕਾਲ ਭਗਵੰਤ ਮਾਨ ਦੀ ਹੁੰਦੀ ਤੇ ਕੇਜਰੀਵਾਲ ਜੀ ਮੌਜੂਦ ਨਹੀਂ। ਕਾਲ ਭਗਵੰਤ ਮਾਨ ਦੀ ਹੈ ਜਾਂ ਅਰਵਿੰਦ ਕੇਜਰੀਵਾਲ ਦੀ ਹੈ? ਸਰ ਮੈਂ ਦੁਬਾਰਾ ਪੁੱਛ ਰਿਹਾ, ਅਰਵਿੰਦ ਕੇਜਰੀਵਾਲ ਜੀ ਦੀ ਆ। ਸਰ ਸੋਚ ਲਓ, ਅਮਰਜੀਤ ਜੀ ਆਪਣਾ ਡਾਟਾ ਕਰੈਕਟ ਕਰ ਲਓ ਪਲੀਜ਼। ਮੈਂ ਸਰ, ਅਗਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਲੱਗਿਆ ਹੈ ਕਿ ਅਗਰ ਕਾਲ ਭਗਵੰਤ ਮਾਨ ਜੀ ਦੀ ਹੁੰਦੀ ਤਾਂ ਉਹ ਕੇਜਰੀਵਾਲ ਜੀ ਜੋ ਨੇ ਉੱਥੇ ਧਰਨੇ ਵਿੱਚ ਨਹੀਂ ਹੁੰਦੇ। ਫਿਰ ਕੇਜਰੀਵਾਲ ਸਾਹਿਬ ਕਾਲ ਕਰ ਦੇਣ, ਪੰਜਾਬ ਦੀਆਂ ਜਥੇਬੰਦੀਆਂ ਨੂੰ ਮੈਂ ਦਿੱਲੀ ਐਂਟਰੀ ਕਰਾ ਰਿਹਾ, ਕਰੋ ਕਾਲ। ਸਰ ਮੈਂ ਬੇਨਤੀ ਕਰਾਂਗਾ ਕੇਜਰੀਵਾਲ ਜੀ ਕੋਲੋਂ ਹੁਣ ਕਾਲ ਕਰਵਾ ਦਿੰਦੇ ਹਾਂ, ਪਰ ਕੇਜਰੀਵਾਲ ਦੇ ਕੋਲ ਪ੍ਰਸ਼ਾਸਨ ਨਹੀਂ ਹੈ। ਸਰ ਕੇਪੀ ਸਰ, ਇੱਕ ਮਿੰਟ, ਦਿੱਲੀ ਦੇ ਵਿੱਚ ਦੋ ਨਹੀਂ ਤਿੰਨ ਸਰਕਾਰਾਂ ਨੇ, ਸੈਂਟਰ ਸਰਕਾਰ, ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ, ਔਰ ਇੱਕ MCDA। ਸਰ ਅਰਵਿੰਦ ਕੇਜਰੀਵਾਲ, ਅਰਵਿੰਦ ਕੇਜਰੀਵਾਲ ਇਹ ਕਾਲ ਕਰ ਸਕਦੇ ਆ? ਅਮਰਜੀਤ ਜੀ, ਅਰਵਿੰਦ ਕੇਜਰੀਵਾਲ ਕਾਲ ਕਰ ਸਕਦੇ ਆ ਕਿਸਾਨ ਜਥੇਬੰਦੀਆਂ ਨੂੰ ਕਿ ਆ ਜਾਓ ਦਿੱਲੀ ਤੁਸੀਂ? ਬਿਲਕੁਲ ਜੀ। ਕਦੋਂ ਕਰਵਾ ਰਹੇ ਹੋ ਅਮਰਜੀਤ ਜੀ, ਕਦੋਂ ਕਾਲ ਕਰਵਾ ਰਹੇ ਹੋ? ਹਾਂਜੀ, ਕਦੋਂ ਕਾਲ ਕਰਵਾ ਰਹੇ ਹੋ? ਜਦੋਂ ਵੀ ਸਾਡੇ ਕਿਸਾਨ ਜਥੇਬੰਦੀਆਂ ਐਗਰੀ ਹੋ ਕੇ ਕਹਿਣਗੇ ਉਦੋਂ ਹੀ ਕਾਲ ਕਰਵਾ ਦਿਆਂਗੇ ਜੀ। ਕਿਸਾਨ ਜਥੇਬੰਦੀ ਐਗਰੀ ਆ ਸਰ, ਉਹ ਕਹਿ ਰਹੀਆਂ ਅਸੀਂ ਦਿੱਲੀ ਜਾਣਾ, ਤੁਸੀਂ ਕੋਈ ਸੱਦੇ ਦਾ ਸਹੀ? ਸਰ ਸ਼ੰਭੂ ਬਾਰਡਰ ਨਹੀਂ ਟੱਪਣ ਦੇ ਰਹੇ ਇਹਨਾਂ ਨੂੰ? ਸਰ ਉਹ ਵੇਖੋ, ਹੁਣ ਮੇਰੀ ਬੇਨਤੀ ਸੁਣਿਓ, ਤੁਸੀਂ ਕਹਿੰਦੇ ਕਾਲ ਕਰਨ ਨੂੰ, ਅੱਜ ਵੀ ਸਾਡੀ ਜੋ ਉੱਥੇ ਪਾਰਟੀ ਵੱਲੋਂ ਧਰਨਾ ਸੀ ਸਾਰਿਆਂ ਨੂੰ ਕਾਲ ਕੀਤਾ ਗਿਆ ਸੀ। ਚਲੋ ਠੀਕ ਹੈ ਅਮਰਜੀਤ ਜੀ, ਇਹ ਪੋਲੀਟੀਕਲ ਸਟੇਟਮੈਂਟ ਹੁੰਦੀ ਹੈ, ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ। 13 ਨੂੰ ਪੰਜਾਬ ਤਿਆਰੀ ਕਰੂਗਾ ਕਿ 14 ਨੂੰ ਕਰਨਾ ਕੀ ਹੈ, ਪਰ ਸਵਾਲ ਇਹ ਹੈਗਾ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਤੇ ਪਾੜਾ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਇਹ ਸਿਆਸਤ ਹੈ ਜਿਹੜੀ ਉਸ ਸੱਦੇ ਦੇ ਵਿਚਾਲੇ
किते आपदी सियासी है जिहड़ी वोट बैंक है उसनू साधन की कोशिश तो नहीं कर रही। बहुत सारे सवाल है, ब्रेक तो वापस आ रहे। केंद्र वालों सद्दी बैठक लई किसान जथेबंदियों विच तालमेल तो तैयारी तक सस्पेंस की है। हरजीत सिंह किंगरा सर, तुहाडे ते भी इल्जाम यह लग रहा कि सूबा सरकार इस अंदोलन तार पीड़ो करने की कोशिश में लगी हुई है। किंगरा साहब, कोई जवाब है तुहाडे कोले? सर तुसी अपील दे नाते अंदोलन नू साबोटाज करने की कोशिश में लगे हो? नहीं देखो, यह जी कद क्या सराइया नहीं लाइनिया चाहिए। सूबा सरकार ने पहले दिन तो कहता सी असी किसानां दे नाल आ। साड़ी पार्टी दा पूर्व प्रधान ते साड़ी पार्टी दा बहुत वड्डा नेता। सर तुसी दिल्ली क्यों नहीं गए फिर? आम आदमी पार्टी दिल्ली तुरी फिरदी है, सर तुसी दिल्ली क्यों नहीं गए? देखो इस तरह हुंदा है, साड़ी मौजूदा सरकार है, सारा कुछ इत्थे होएगा। देखो ਤੁਹਾਨੂੰ ਮੈਂ ਇੱਕ ਗੱਲ ਦੱਸਦਾਗਾ ਕਿ ਤੁਸੀਂ ਨਾ ਇਹ ਬੜੀ ਲੰਮੀ ਲੜਾਈ ਲੜਨੀ ਪਏਗੀ ਸਰ। ਕਿੰਗਰਾ ਸਾਹਿਬ, ਅਰਵਿੰਦ ਕੇਜਰੀਵਾਲ ਤੇ ਕਿੰਗਰਾ ਸਾਹਿਬ ਅਰਵਿੰਦ ਕੇਜਰੀਵਾਲ ਤੇ ਤੁਸੀਂ ਸਵਾਲ ਕਰਦੇ ਸੀ ਨਾ ਸਰ, ਉਹ ਚੀਫ ਮਿਨਿਸਟਰ ਹੋਣ ਦੇ ਬਾਵਜੂਦ ਧਰਨੇ ਵਿੱਚ ਜਾ ਕੇ ਬੈਠੇ ਆ। ਤੇ ਤੁਸੀਂ ਦੱਸੋ, ਸਾਡੇ ਮੁੱਖ ਮੰਤਰੀ ਵੀ ਬੈਠੇ ਸੀਗੇ, ਜਰੂਰ ਸੀ ਗਏ। ਸਰ ਦੱਸੋ ਕਿਹੜੇ ਧਰਨੇ 'ਚ ਬੈਠੇ ਆ ਤੁਸੀਂ? ਆਪਦੀ ਪਾਰਟੀ ਦਾ ਪ੍ਰੋਗਰਾਮ ਹੈ ਸਰ, ਇਹਦਾ ਵੀ ਪਾਰਟੀ ਦਾ ਪ੍ਰੋਗਰਾਮ ਹੈ, ਕਹਿੰਦੇ ਅਸੀਂ ਦਿੱਲੀ ਚੱਲੇ ਗਏ, ਤੁਸੀਂ ਦਿੱਲੀ ਗਏ ਨਹੀਂ। ਪਾਰਟੀ ਦਾ ਪ੍ਰੋਗਰਾਮ ਨਹੀਂ ਹੁੰਦਾ ਹੁੰਦਾਗਾ, ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦਾ ਪ੍ਰੋਗਰਾਮ ਸੀ, ਉਹਦੇ ਵਿੱਚ ਸਾਡੇ ਮੁੱਖ ਮੰਤਰੀ ਨੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਸ਼ਿਰਕਤ ਕੀਤੀ ਹੈ। ਇਸ ਕਰਕੇ ਇਹ ਨਾ ਕਹੋ ਤੁਸੀਂ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਅਲਾਈਵ ਨਹੀਂ ਹੈ ਕਿਸਾਨਾਂ ਦੇ ਮੁੱਦਿਆਂ ਸਰ। ਕਿਸਾਨ ਜਥੇਬੰਦੀਆਂ ਨਾਲ ਬੈਠੇ ਕਰਨ ਤੋਂ ਬਾਅਦ, ਇੱਕ ਮਿੰਟ ਕਿੰਗਰਾ ਸਾਹਿਬ ਸਰ ਸੁਣ ਲਓ, ਸਰ ਕਿੰਗਰਾ ਸਾਹਿਬ ਸਰ ਸਵਾਲ ਸੁਣ ਲਓ, ਸਰ ਕਿੰਗਰਾ ਸਾਹਿਬ ਸਰ ਸਵਾਲ ਸੁਣ ਲਓ। ਤੁਸੀਂ ਕਿਸਾਨ ਜਥੇਬੰਦੀਆਂ ਨਾਲ ਬੈਠਕ ਕੀਤੀ, ਬੈਠਕ ਵਿੱਚ ਤੁਸੀਂ ਕਿਹਾ ਕਿ ਇੱਕ ਹਫ਼ਤੇ ਵਿੱਚ ਸੈਸ਼ਨ ਅਸੀਂ ਸੱਦ ਲਵਾਂਗੇ, ਸਰ ਇਹ ਕਿਹਾ ਸੀ ਜਾਂ ਨਹੀਂ? ਬਿਲਕੁਲ ਸੈਸ਼ਨ ਸੱਦਿਆ ਜਾਵੇਗਾ। ਇੱਕ ਹਫ਼ਤਾ ਸ਼ਬਦ ਬੋਲਿਆ ਸੀ ਸਰ ਕਿ ਨਹੀਂ? ਹਾਂਜੀ, ਇੱਕ ਹਫ਼ਤਾ ਸ਼ਬਦ ਬੋਲਿਆ ਸੀ ਕਿ ਨਹੀਂ? ਬਾਰੇ ਵੇਖੋ, ਅਸੀਂ ਪਹਿਲੀ ਗੱਲ ਤਾਂ ਮੁੱਖ ਮੰਤਰੀ ਦੀ ਮੀਟਿੰਗ 'ਚ ਨਹੀਂ ਸੀ ਗਏ ਹੈਗੇ ਆਪਾਂ, ਪਰ ਇਹਦੇ ਬਾਵਜੂਦ ਜੋ ਜੂਜ 'ਚ ਆਇਆ ਸੀਗਾ ਵੀ ਅਸੀਂ ਜਿਹੜਾ ਵਾ ਦਿੱਤਾ ਸੀਗਾ ਵੀ ਮੁੱਖ ਮੰਤਰੀ ਜੀ ਨੇ ਆਪ ਕਾਲ ਕੀਤੀ ਸੀ ਮੀਟਿੰਗ, ਤੇ ਆਪ ਕਾਲ ਤੋਂ ਬਾਅਦ ਜਿਹੜਾ ਕਿਸਾਨ ਆਗੂਆਂ ਦੇ ਬਿਆਨ ਆਏ ਸੀ, ਭਰੋਸਾ ਦਿੱਤਾ ਗਿਆ ਇੱਕ ਹਫ਼ਤੇ ਵਿੱਚ ਅਜਲਾਸ ਸੱਦ ਕੇ ਮਤਾ ਪਾ, ਭਾਵੇਂ ਉਸ ਮਤੇ ਦਾ ਪੰਜਾਬ ਨੂੰ ਲੀਗਲੀ ਕੋਈ ਫਾਇਦਾ ਨਹੀਂ ਹੋਣਾ, ਪਰ ਸਿਆਸੀ ਤੌਰ ਤੇ ਉਹਦੇ ਪੰਜਾਬ ਦੀ ਜਦੋਂ ਅਸੈਂਬਲੀ ਮਤਾ ਪਾਊਗੀ ਤੇ ਕੇਂਦਰ ਤੇ ਦਬਾਅ ਬਣੂਗਾ, ਭਾਵੇਂ ਉੱਤੇ ਗਵਰਨਰ ਕੱਲ ਨੂੰ ਸੈਨ ਕੇ, ਇਹ ਬੀਬੀ ਮੈਡਮ ਸੋਨੀਆ ਗਾਂਧੀ ਜੀ ਨੇ ਵੀ ਕਿਹਾ ਸੀ, ਮੈਂ ਸਹੀ ਬੋਲ ਰਿਹਾ, 253 ਐਕਟ ਤਹਿਤ ਆਰਟੀਕਲ ਤਹਿਤ ਇਹਦੇ ਤਹਿਤ ਜਿਹੜਾ ਕਾਨੂੰਨ ਬਣਾ ਸਕਦੀਆਂ ਤੇ ਉਹ ਬਣਾਉਣ ਇਹਨਾਂ। ਜੇ ਕਾਂਗਰਸ ਪਾਰਟੀ ਸਹੀ, ਰਾਹੁਲ ਗਾਂਧੀ ਜੀ ਇੱਥੇ ਆਏ ਸੀਗੇ ਨਾ, ਛੱਤੀਸਗੜ੍ਹ ਦੇ ਵਿੱਚ ਵੀ ਮਤਾ ਪਾਸ ਕਰੋ, ਇਹਦੋ ਗਾਹਾਂ ਰਾਜਸਥਾਨ ਦੇ ਵਿੱਚ ਤੁਹਾਡੀ ਸਰਕਾਰ ਵਿੱਚ ਮਤਾ ਪਾਸ ਕਰੋ, ਪਰ ਉਹ ਭਰੋਸੇ ਜਿਹੜੀ ਮੁੱਖ ਮੰਤਰੀ ਦੀ ਜੀ ਲੈਂਗੁਏਜ ਸੀਗੀ ਕਿ ਸਾਨੂੰ ਹੁਕਮ ਨਾ ਦਿੱਤਾ ਜਾਵੇ, ਭਾਵੇਂ ਦੂਜਿਆਂ ਨੂੰ ਕਿਹਾ ਸੀ, ਇਹ ਲੈਂਗੁਏਜ ਠੀਕ ਨਹੀਂ ਸੀ, ਇਹ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੀ ਨਹੀਂ ਸੀ ਹੈਗੀ, ਉਹ ਹੋਰ ਵੀ ਬਿਆਨ ਦੇ ਦੱਸ ਸਕਦੇ ਸੀ, ਸਗੋਂ ਕਿਸਾਨ ਆਗੂਆਂ ਨੂੰ ਜਿਵੇਂ ਦਬਕਾ ਮਾਰਨ ਦਾ ਯਤਨ ਕੀਤਾ ਗਿਆ ਜਿਹੜਾ ਉਹਨਾਂ ਦੀ ਟਿੱਪਣੀ ਆਈ ਸੀਗੀ। ਇਹ ਤੋਂ ਕਹਾ ਮੈਨੂੰ ਨੀ ਪਤਾ ਆਮ ਆਦਮੀ ਵਾਲੇ ਕੀ ਬੋਲੇ ਨੇ, ਮੈਂ ਉਹਨਾਂ ਤੇ ਵੀ ਠੀਕ ਆ, ਤੁਸੀਂ ਕੇਜਰੀਵਾਲ ਦਾ ਪੂਰਾ ਬਿਆਨ ਪੜੋ, ਇਹਦਾ ਸਿਆਸੀ ਹੋ ਰਿਹਾ। ਕੇਜਰੀਵਾਲ ਨੂੰ ਅਸੀਂ ਜਿਹੜੀ ਆਸ ਰੱਖਦੇ ਸੀ ਵੀ ਉਹ ਉਹਨਾਂ ਦਾ ਅਰਧ ਸੂਬਾ ਵਾ, ਅਰਧ ਸੂਬੇ ਦੇ ਪੂਰੇ ਅਧਿਕਾਰ ਨਹੀਂ ਹੈਗੇ, ਉਹਨਾਂ ਨੂੰ ਫੈਡਰਲਿਜ਼ਮ ਤੇ ਬੋਲਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਜਿਵੇਂ ਖੇਤੀ ਦਾ ਵਿਸ਼ਾ ਸੂਬਿਆਂ ਦਾ ਹੁੰਦਾ, ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ, ਪਾਵਰ ਦਾ ਕੇਂਦਰੀਕਰਨ ਕਰ ਦਿੱਤਾ ਗਿਆ, ਕਿਉਂਕਿ ਉਹ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਉੱਥੇ ਲਾਗੂ, ਦਿੱਲੀ 'ਚ ਪਾਵਰ ਦਾ ਕੇਂਦਰੀਕਰਨ ਹੋ ਗਿਆ। ਕੇਜਰੀਵਾਲ ਜੀ ਇੱਕ ਸ਼ਬਦ ਨਹੀਂ ਬੋਲੇ, ਉਹਨਾਂ ਨੂੰ ਫੈਡਰਲਿਜ਼ਮ ਤੇ ਬੋਲਣਾ, ਕੀ ਕਸ਼ਮੀਰ ਵਾਲੇ ਮੁੱਦੇ ਤੇ ਵੀ ਬੋਲਣਗੇ ਜਿਹੜਾ ਤੋੜ ਦਿੱਤਾ ਗਿਆ ਅਸੀਂ ਕਿਸੇ ਸਿਆਸੀ ਪਾਰਟੀ ਨੂੰ? ਪਰ ਅਸਲ ਵਿੱਚ ਸਿਆਸੀ ਦੀ ਅੰਦੋਲਨ ਹੁੰਦੀ ਆ, ਜਿਹੜੇ ਭਾਜਪਾ ਵਾਲੇ ਵੀਰ ਕਹਿ ਰਹੇ ਨੇ ਵੀ ਵੇਖੋ ਕਾਨੂੰਨ ਸਹੀ ਆ ਸਾਡਾ, ਕਾਨੂੰਨ ਨਾਲ ਲਾਹਾ ਮਿਲੂਗਾ, ਇਹ 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 ਡਿਬੇਟਾਂ ਵਿੱਚ ਅਸੀਂ ਚਾਹੁੰਦੇ ਵੀ ਕਿਸੇ ਚੈਨਲ ਤੇ ਆ ਜਾਓ, ਚੈਨਲ ਤੇ ਆ ਕੇ ਇੱਕ ਇੱਕ ਸ਼ਬਦ ਤੇ ਬਹਿਸ ਕਰਨ ਨੂੰ ਤਿਆਰ ਨਹੀਂ। ਤੁਸੀਂ ਦੱਸ ਦਿਓ ਸਾਨੂੰ ਵੀ ਕਿਵੇਂ ਚੰਗਾ, ਜੇ ਸਾਨੂੰ ਸਮਝਾਉਣਾ ਹੀ ਆ ਤੇ 6 ਮਹੀਨੇ ਕਾਨੂੰਨ ਵਾਪਸ ਲੈ ਜਾਓ, ਪਹਿਲਾਂ ਸਮਝਾ ਲਓ ਹਾਂ ਬਾਅਦ ਚ ਲਾਗੂ ਕਰ ਲਾਂਗੇ। ਠੀਕ ਠੀਕ ਚੰਨੀ ਸਾਹਿਬ, ਇੱਕ ਸਰ ਤੁਸੀਂ ਇਹ ਕੀ ਕਰ ਰਹੇ ਹੋ, ਇੱਕ ਪਾਸੇ ਤੁਸੀਂ ਇਹਨਾਂ ਨੂੰ ਬੈਠਕ ਲਈ ਸੱਦ ਰਹੇ ਹੋ, ਦੂਜੇ ਪਾਸੇ ਸਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਨੂੰ ਸਮਝਾਉਣਾ, ਵਰਚੁਅਲ ਰੈਲੀਆਂ ਕਰਨੀਆਂ, ਸਰ ਇਹ ਦੋ ਚੀਜ਼ਾਂ ਸਮਝ ਨਹੀਂ ਆ ਰਹੀਆਂ ਚੰਨੀ ਸਾਹਿਬ। ਮੈਂ ਆ ਰਿਹਾ ਅਮਰਜੀਤ ਜੀ ਤੁਹਾਡੇ ਕੋਲੇ। ਦੇਖੋ ਦੇ ਦੋਨੋਂ ਚੀਜ਼ਾਂ ਕੀ ਕਰਨੀਆਂ ਨੇ, ਕਿਉਂਕਿ ਜਿਹੜਾ ਜਿਹੜੇ ਉਹਨਾਂ ਜਿਹੜੇ ਦੇਖੋ ਪਾਰਟੀ ਨੇ ਜੇ
ਕਾਨੂੰਨ ਪਾਸ ਕੀਤਾ ਹੈਗਾ ਤਾਂ ਸਰਕਾਰ ਨੇ ਪਾਸ ਕੀਤਾ ਤਾਂ ਉਹਨਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਦੱਸਣਗੇ, ਪਰ ਜਿਹੜੀ ਚੰਗੀ ਚੀਜ਼ ਸਾਰੀ ਦੱਸਣਗੇ ਉਹ ਸਾਰੀ ਜੇ ਆਪਾਂ ਨੂੰ ਨਹੀਂ ਚੰਗੀ ਲੱਗਦੀ ਆਪਾਂ ਨੂੰ ਸਾਰੀ ਉਹ ਚੀਜ਼ ਚੰਗੀ ਮੰਨਣ ਦੀ ਲੋੜ ਨਹੀਂ ਹੈ ਇੱਕ ਗੱਲ। ਦੂਜੀ ਗੱਲ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਨੇ ਖੁਦ ਬੁਲਾਇਆ ਹੈਗਾ ਕਿ ਤੁਸੀਂ ਉੱਥੇ ਆ ਕੇ ਸਾਡੇ ਨਾਲ ਗੱਲ ਕਰੋ, ਦੱਸੋ ਤੁਹਾਨੂੰ ਕੀ ਕੀ ਚੀਜ਼ ਚਾਹੀਦੀ ਹੈ, ਕੀ ਕੀ ਉਹਨਾਂ ਨੇ ਕਿਹਾ ਕੋਈ ਲਿਮਿਟ ਹੀ ਨਹੀਂ ਹੈ, ਕੋਈ ਬੰਦਿਸ਼ ਨਹੀਂ, ਕੋਈ ਉਹਦੇ ਚ ਇਹ ਨਹੀਂ ਵੀ ਆਪਾਂ ਕੋਈ ਆਹ ਸੁਝਾਅ ਦੇ ਸਕਦੇ ਆਹ ਸੁਝਾਅ ਨਹੀਂ ਦੇ ਸਕਦੇ, ਇਹ ਸਾਰੇ ਇਕੱਠੇ ਹੋ ਕੇ ਸਾਰੇ ਸੁਝਾਅ ਦੇਣ ਤਾਂ ਕਿ ਉਹਨਾਂ ਸੁਝਾਵਾਂ ਤੇ ਵਿਚਾਰ ਹੋ ਕੇ ਔਰ ਜੋ ਵੀ ਵਿਧਾਨ ਹੈਗਾ। ਚੰਨੀ ਸਾਹਿਬ ਇੱਕ ਮਿੰਟ, ਅਮਰਜੀਤ ਜੀ ਪਲੀਜ਼ ਇੱਦਾਂ ਨਾ ਕਰੋ, ਅਮਰਜੀਤ ਜੀ ਇੱਦਾਂ ਨਾ ਕਰੋ ਪਲੀਜ਼, ਤੁਹਾਡੀ ਆਵਾਜ਼ ਸਾਰੇ ਕਿਤੇ ਜਾ ਰਹੀ ਹੈ, ਬਾਅਦ 'ਚ ਗੱਲਾਂ ਕਰ ਲਿਓ। ਚੰਨੀ ਸਾਹਿਬ ਸਰ ਤੁਹਾਡੀ ਵਰਚੁਅਲ ਰੈਲੀਆਂ ਤੁਸੀਂ ਕਦੋਂ ਕਰਨ ਜਾ ਰਹੇ ਹੋ? ਇਹ ਸ਼ਾਰਟਲੀ ਕਰ ਰਹੇ ਨੇ ਮੇਰੇ, ਇੱਕ ਦੋ ਦਿਨਾਂ 'ਚ ਹੋ ਰਹੀ ਇੱਕ ਦੋ ਦਿਨਾਂ ਸਰ ਮੀਟਿੰਗ ਹੈ, ਆਪਾਂ ਕੀ ਕਰ ਰਹੇ ਹਾਂ ਬਰਾਬਰ ਇਹ ਕੀ ਕਰਦੇ ਪਏ ਚੰਨੀ ਸਾਹਿਬ? ਮੇਰਾ ਸਵਾਲ ਤਾਂ ਇਹੀ ਹੈ, ਕਿਸਾਨ ਜਥੇਬੰਦੀਆਂ ਸਵਾਲ ਕਰਦੀਆਂ ਪਈਆਂ, ਇਹਦਾ ਮਤਲਬ ਤੁਸੀਂ ਇਹ ਮਤਲਬ ਤੁਸੀਂ ਨਿਸ਼ਚੈ ਕਰ ਚੁੱਕੇ ਹੋ ਕਿ ਕਾਨੂੰਨ ਲਾਗੂ ਹੋਣਗੇ ਜੋ ਮਰਜ਼ੀ ਕਰ ਲਓ? ਉਹ ਕਾਨੂੰਨ ਲਾਗੂ ਹੋ ਗਏ ਨੇ, ਕੋਈ ਕਾਨੂੰਨ ਲਾਗੂ ਹੋ ਚੁੱਕੇ ਆ, ਆ ਰਿਹਾ ਕਾਂਗਰਸ ਸਾਹਿਬ, ਆ ਰਿਹਾ ਸਰ, ਆ ਰਿਹਾ ਆਪਾਂ ਕਾਨੂੰਨ ਲਾਗੂ ਹੋ ਚੁੱਕੇ ਆ, ਲਾਗੂ ਬਣਾ ਰਹੇ ਆ ਕਿ ਜੇ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੰਨੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ ਖਾਸ ਕਰਕੇ ਉਹ ਇਕੱਠੀਆਂ ਹੋਰ ਰਹਿਣ ਔਰ ਇਕੱਠੀਆਂ ਹੋ ਕੇ ਆਪਣੇ ਜੋ ਵਿਚਾਰ ਹੈ ਉਹ ਜ਼ਰੂਰ ਦੇਣ ਔਰ ਉੱਥੇ ਵੀ ਕੋਈ ਬੰਦਿਸ਼ ਨਹੀਂ ਵੀ ਜੇ ਆਪਾਂ ਨੂੰ ਕੋਈ ਚੀਜ਼ ਉੱਥੇ ਚੰਗੀ ਨਹੀਂ ਲੱਗਦੀ ਤੇ ਆਪਾਂ ਫੇਰ ਵਾਪਸ ਆ ਸਕਦੇ ਹਾਂ। ਆਪਾਂ ਕਿਹੜਾ ਕਹਿੰਦੇ ਵੀ ਧਰਨਾ ਠਾਓ ਪਹਿਲਾਂ? ਹਰਦੀਪ ਸਿੰਘ ਰੱਖੋ, ਹਾਂ ਹਰਦੀਪ ਸਿੰਘ ਗਰਾ ਹੁਣ ਬੋਲੋ, ਗੱਲ ਕਰਨ ਬਿਨਾ ਨਹੀਂ ਕੋਈ ਗੱਲ ਬਣੇਗੀ। ਠੀਕ ਠੀਕ ਹੈ ਚੰਨੀ ਸਰ, ਹਾਂ ਹਰਦੀਪ ਸਿੰਘ ਗਰਾ। ਮੈਂ ਇਹ ਕਹਿੰਦਾ ਸੀਗਾ ਵੀ ਇਹ ਨਾ ਕਹੋ ਕਿ ਕਾਨੂੰਨ ਲਾਗੂ ਜਦੋਂ ਹੋਣਗੇ, ਕਾਨੂੰਨ ਤਾਂ ਲਾਗੂ ਹੋ ਚੁੱਕੇ ਆ, ਇਹ ਕਾਨੂੰਨ ਕਿੰਨੇ ਬਣ ਚੁੱਕੇ ਆ, ਇਹ ਲਾਗੂ ਨੇ ਜਿਸ ਦਿਨ ਰਾਸ਼ਟਰਪਤੀ ਜੀ ਨੇ ਦਸਤਖਤ ਕਰਤੇ ਸੀ। ਸਵਾਲ ਇਹ ਹੈ ਸਰ ਤੁਸੀਂ ਲਾਗੂ ਕਰਦੇ ਪੰਜਾਬ ਦੇ ਵਿੱਚ? ਇਹ ਤਾਂ ਪੰਜਾਬ ਆਟੋਮੈਟਿਕਲੀ ਲਾਗੂ ਹੋ ਜਾਂਦੇ ਆ, ਜਦੋਂ ਲਿਖਿਆ ਹੁੰਦਾ ਡੇਟ ਆਫ ਨੋਟੀਫਿਕੇਸ਼ਨ ਇਜ਼ ਦਾ ਡੇਟ ਆਫ ਇੰਪਲੀਮੈਂਟੇਸ਼ਨ, ਇਹ ਤਾਂ ਕਾਨੂੰਨ ਦੇ ਵਿੱਚ ਹੀ ਲਿਖਿਆ ਹੁੰਦਾ ਕਦੋਂ ਤੋਂ ਲਾਗੂ ਹੋਏਗਾ। ਤੁਸੀਂ ਕਾਨੂੰਨ ਦੇ ਅਧੀਨ ਸਭ ਤੋਂ ਲਾਈਨ ਜਿਹੜੀ ਹੈ ਉਹ ਹੀ ਲਾਗੂ ਹੈ, ਕਾਨੂੰਨ ਨਹੀਂ ਹੈ ਕਿ ਕਾਨੂੰਨ ਲਾਗੂ ਨਹੀਂ ਹੈ। ਹਾਂਜੀ ਪਧੇਰ ਵੀਰ ਨੂੰ ਇੱਕ ਮੇਰੀ ਦਰਖਾਸਤ ਹੈਗੀ ਆ, ਮੈਂ ਇਸ ਗੱਲ ਦੇ ਕਿਉਂਕਿ ਮੈਂ ਪੜ੍ਹਿਆ ਹੈ ਕਿ ਕੇਂਦਰੀ ਮੰਤਰੀ ਜਿਹੜੇ ਨੇ ਉਹ ਵੀ ਇਸ ਬੈਠਕ ਸ਼ਾਮਿਲ ਹੋ ਸਕਦੇ ਨੇ। ਇਹਨਾਂ ਨੂੰ ਮੇਰੇ ਵੀਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇੱਕ ਅਸ਼ੋਰੈਂਸ ਲੈਣੀ ਚਾਹੀਦੀ ਹੈ ਕੇਂਦਰ ਦੀ ਸਰਕਾਰ ਤੋਂ ਕਿ ਕੇਂਦਰੀ ਮੰਤਰੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਅਸੀਂ ਅਟੈਂਡ ਕਰਾਂਗੇ, ਨਹੀਂ ਅਸੀਂ ਉੱਠ ਕੇ ਬਾਹਰ ਆ ਜਾਵਾਂਗੇ। ਜੇ ਕੇਂਦਰੀ ਮੰਤਰੀ ਦੇਖੋ ਗੱਲਬਾਤ ਕਰਨੀ ਚਾਹੀਦੀ ਹੈ, ਗੱਲਬਾਤ ਭਾਵੇਂ ਟੁੱਟ ਜੇ, ਗੱਲਾਂ ਬਾਤਾਂ ਸਿਰੇ ਨਹੀਂ ਚੜ੍ਹਦੀਆਂ ਹੁੰਦੀਆਂ ਹਮੇਸ਼ਾ, ਗੱਲਾਂ ਬਾਤਾਂ ਹੁੰਦੀਆਂ ਗੱਲਾਂ ਬਾਤਾਂ ਟੁੱਟ ਜਾਂਦੀਆਂ, ਗੱਲਾਂ ਬਾਤਾਂ ਹੁੰਦੀਆਂ ਗੱਲਾਂ ਬਾਤਾਂ ਟੁੱਟ ਜਾਂਦੀਆਂ। ਜੇ ਕਿਸਾਨ ਜਥੇਬੰਦੀਆਂ ਨੂੰ ਕੇਂਦਰੀ ਮੰਤਰੀ ਅਸ਼ੋਰੈਂਸ ਦਿੰਦੇ ਆ ਕਿ ਮੈਂ ਉਸ ਮੀਟਿੰਗ 'ਚ ਆਊਂਗਾ ਤਾਂ ਇਹਨਾਂ ਨੂੰ ਜਾਣਾ ਚਾਹੀਦਾ, ਜੇ ਕਹਿੰਦੇ ਇਕੱਲੇ ਸੈਕਟਰੀ ਨਾਲ ਕਰਨੀ ਆ ਉੱਥੇ ਹੀ ਵਾਕਆਊਟ ਕਰ ਜਾਣ ਇਹ, ਪਰ ਇਹ ਨਾ ਕਹਿਣ ਵੀ ਅਸੀਂ ਜਾਣਾ ਹੀ ਨਹੀਂ ਕੇਂਦਰ ਨਾਲ ਗੱਲਬਾਤ ਕਰਨ। ਠੀਕ ਹੈ ਠੀਕ ਹੈ ਚੰਨੀ ਸਾਹਿਬ, ਕੇਂਦਰੀ ਮੰਤਰੀ ਬੈਠ ਰਹੇ ਬੈਠਕ 'ਚ? ਜ਼ਰੂਰ ਬੈਠਣਗੇ, ਦੇਖੋ ਕਿਹੜੇ ਜਿਹੜਾ ਮੈਂ ਵੀ ਆਈਐਸ ਅਫਸਰ ਰਿਹਾ, ਮੈਂ ਵੀ ਪ੍ਰਿੰਸੀਪਲ ਸੈਕਟਰੀ ਰਿਹਾ, ਕਿਸੇ ਪ੍ਰਿੰਸੀਪਲ ਸੈਕਟਰੀ ਜਾਂ ਸੈਕਟਰੀ ਟੂ ਐਗਰੀਕਲਚਰ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਦੇ ਪੱਧਰ ਤੇ ਇੱਕ ਜਿਹੜਾ ਕਾਨੂੰਨ ਲਾਗੂ ਹੋ ਚੁੱਕਿਆ ਉਹਦੇ ਬਾਰੇ 'ਚ ਮੀਟਿੰਗ ਬੁਲਾ ਲੈਣ। ਕੇਂਦਰੀ ਖੇਤੀਬਾੜੀ ਮੰਤਰੀ ਸਰ ਚੰਨੀ ਸਾਹਿਬ, ਕੇਂਦਰੀ ਖੇਤੀਬਾੜੀ ਮੰਤਰੀ ਬੈਠਕ ਵਿੱਚ ਬੈਠ ਰਹੇ ਆ, ਬੜਾ ਸਿੱਧਾ ਸਵਾਲ ਜੀ ਜੈਨ ਸਾਹਿਬ ਨੇ ਕਿਹਾ ਕੇਂਦਰੀ ਖੇਤੀਬਾੜੀ ਮੰਤਰੀ ਬੈਠ ਰਹੇ ਨੇ, ਰਾਜਨਾਥ ਸਿੰਘ ਜੀ ਵੀ ਬੈਠਣਗੇ, ਰੋਪੋ ਮਿਨਿਸਟਰ ਦੇ ਨਾਲ ਗੱਲ ਹੋਏਗੀ ਔਰ ਉੱਥੋਂ ਜਿਹੜਾ ਜਿਹੜਾ ਏਜੰਡਾ ਬਣੇਗਾ ਉਹ ਏਜੰਡਾ ਪ੍ਰਾਈਮ ਮਿਨਿਸਟਰ ਤੱਕ ਜਾਏਗਾ। ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਅਮਰਜੀਤ ਜੀ ਗੱਡੀ ਰੋਕ ਲਓ ਸਰ ਕਿਰਪਾ ਕਰਕੇ ਆਪਣੀ, ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਕੇਂਦਰ ਦਾ ਸੱਦਾ ਕਿੰਨਾ ਕਬੂਲ ਹੈ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਸਾਡੇ ਕੋਲ ਬੈਠੇ ਆ, ਉਹ ਕਹਿ ਰਿਹਾ ਕਿ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ, ਬਾਕੀ ਜਥੇਬੰਦੀਆਂ ਦਾ ਕੀ ਫੈਸਲਾ ਹੋਵੇਗਾ ਸਵਾਲ ਬਹੁਤ ਸਾਰੇ ਆ, ਪਰ ਕੁੱਲ ਮਿਲਾ ਕੇ ਇੱਥੇ ਏਕੇ ਦੀ ਜ਼ਰੂਰਤ ਹੈ, ਏਕੇ ਦਾ ਸਵਾਲ ਵਾਰ ਵਾਰ ਪੁੱਛਿਆ ਜਾ ਰਿਹਾ, ਏਕਾ ਕਿੰਨਾ ਕਰਵਾਇਆ ਜਾ ਰਿਹਾ, ਕਿੰਨਾ ਹੋ ਰਿਹਾ, ਬਾਕੀ ਦੇਸ਼ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਵਿਚਾਲੇ ਅਤੇ ਪੰਜਾਬ ਦੇ ਜਥੇਬੰਦੀਆਂ ਨੂੰ ਨਖੇੜ ਕੇ ਕਿਉਂ ਦੇਖਿਆ ਜਾ ਰਿਹਾ, ਬਹੁਤ ਸਾਰੇ ਸਵਾਲ ਹੈ। ਵਾਪਸ ਆ ਰਿਹਾ ਅਤੇ ਆਖਰੀ ਹਿੱਸੇ ਵਿੱਚ ਕੇਂਦਰ ਵੱਲੋਂ ਸੱਦੀ ਬੈਠਕ ਲਈ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਤੋਂ ਤਿਆਰੀ ਤੱਕ ਸਸਪੈਂਸ ਕੀ ਹੈ? ਪੰਦੇਰ ਸਾਹਿਬ, BKU ਉਗਰਾਹਾਂ, ਏਕਤਾ ਉਗਰਾਹਾਂ, ਉਹ ਸਰ ਬੈਠਕ ਵਿੱਚ ਸ਼ਾਮਿਲ ਹੋਣਗੇ ਚੰਡੀਗੜ੍ਹ ਵਾਲੀ 'ਚ, ਦਿੱਲੀ ਵਾਲੀ 'ਚ? ਵੇਖੋ ਜਿਹੜੀ ਚੰਡੀਗੜ੍ਹ ਵਾਲੀ ਮੀਟਿੰਗ ਹੈ, ਸਾਡੀ ਜਥੇਬੰਦੀ ਤੋਂ ਜਿਹੜਾ BKU ਨੇ ਬਾਹਰੋਂ ਤਾਲਮੇਲਵਾਂ ਕਰਦੀਆਂ ਸੀਗੀਆਂ ਸੰਘਰਸ਼ ਦੇ ਵਿੱਚ, ਪੰਜਾਬ ਦੇ ਵਿੱਚ ਅੰਦੋਲਨ ਸਾਡਾ ਤਾਲਮੇਲਵਾਂ, ਚਾਹੇ ਉਹ ਕਾਲ ਆ ਜੇ ਹਰਿਆਣੇ ਵਾਲੀ ਜਥੇਬੰਦੀਆਂ ਦੀ ਅਸੀਂ ਲਾਗੂ ਕੀਤੀ, ਚਾਹੇ ਉਹ ਦੇਸ਼ ਦੇ ਵਿੱਚੋਂ ਆ ਜਾਏ। ਹੁਣ 14 ਨੂੰ ਦੇਸ਼ ਲੈਵਲ ਦੀਆਂ ਜਥੇਬੰਦੀਆਂ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਅਧਿਕਾਰ ਦਿਹਾੜਾ ਮਨਾਇਆ ਜਾ ਰਿਹਾ ਸੀ, ਸਮਰਥਨ ਕਰਾਂਗੇ ਉਹਦੇ ਨਾਲ ਲੜਾਂਗੇ, ਕੋਈ ਇਹ ਨਹੀਂ ਕੌਲ ਕਿਹੜਾ ਕਰ ਰਿਹਾ, ਇਹਦੇ 'ਚ ਕੋਈ ਰੌਲਾ ਨਹੀਂ। BKU ਗ੍ਰਾਹਾਂ ਨੇ ਅੱਜ ਫੈਸਲਾ ਕੀਤਾ ਵੀ ਅਸੀਂ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਜਾਵਾਂਗੇ, ਬਾਹਰੋਂ ਤਾਲਮੇਲਵਾਂ ਕਰਾਂਗੇ। ਠੀਕ ਹੈ ਜੀ, ਜਥੇਬੰਦੀਆਂ ਦੇ
ਉਹਨਾਂ ਦਾ ਵਿਰੋਧ ਕਰਨ ਲਈ ਉਹਨਾਂ ਨੂੰ ਰੱਦ ਕਰਾਉਣ ਲਈ ਕੋਈ ਸਮੱਸਿਆ ਨਹੀਂ, ਮੁੱਦਾ ਸਾਂਝਾ ਵਾ। ਅੰਦੋਲਨ ਕਰਨ ਦਾ ਤਰੀਕਾ ਵੀ ਲਗਭਗ ਚਾਰ ਸੂਤਰੀ ਚੱਲ ਰਿਹਾ ਪੰਜਾਬ 'ਚ। ਇੱਕ ਸੰਭੂ ਬਾਰਡਰ 'ਤੇ ਬੈਠੇ ਆ, ਕੋਈ ਪੈਟਰੋਲ ਪੰਪ 'ਤੇ ਬੈਠਾ, ਕੋਈ ਮੌਲਸ ਦੇ ਗਾੜੀ ਬੈਠਾ, ਕੋਈ ਜਿਹੜੇ ਆਪਣੇ ਰੋਡ ਵਾਲੇ ਟੋਲ ਪਲਾਜੇ ਉਹਨਾਂ 'ਤੇ ਬੈਠਾ, ਕੋਈ ਭਾਜਪਾ ਦੇ ਘਰ ਆਗੂਆਂ 'ਤੇ ਘਰਾਂ ਗਾੜੀ ਬੈਠਾ, ਕੋਈ ਰੇਲ 'ਤੇ ਬੈਠਾ। ਇੱਕ ਪੰਜ ਐਕਸ਼ਨ ਹੋ ਗਏ ਨਾ, ਅੱਡ ਅੱਡ ਜਿੱਥੇ ਜਿੱਥੇ ਕਿਸੇ ਦਾ ਜ਼ੋਰ ਪੈ ਰਿਹਾ। ਅੰਦੋਲਨ ਦੇ ਵਿੱਚ ਪੂਰੀ ਸਾਂਝ ਆ, ਹੁਣ ਇਹ ਆਜ਼ਾਦੀ ਆ ਜਥੇਬੰਦੀਆਂ ਨੂੰ। ਜੇ ਕੋਈ ਫੈਸਲਾ ਕਰ ਲੈਣ ਦਿੱਲੀ ਜਾਣ ਦਾ, ਉਹ ਜਾ ਕੇ ਗੱਲ ਕਰ ਆਉਣ, ਇਹ ਵੀ ਗੱਲ ਸਿੱਧੀ ਹੋਜੂ। ਜੇ ਕਿਸੇ ਨੂੰ ਲੱਗਦਾ ਵੀ ਇਹ ਠੀਕ ਨਹੀਂ ਹੈਗਾ, ਉਹ ਵੀ ਆ। ਸੋ ਪੂਰੀ ਤਰ੍ਹਾਂ ਜਥੇਬੰਦੀਆਂ ਦੀ ਜਮਹੂਰੀਅਤ ਆ ਇਹ। ਬਿਲਕੁਲ ਪੂਰੀ ਦੁਨੀਆਂ ਦੇ ਲੋਕ, ਪੰਜਾਬ ਦੇ ਲੋਕ ਭਰੋਸਾ ਕਰਨ, ਅੰਦੋਲਨ ਕਦੀ ਨਹੀਂ ਵਾਪਸ ਹੋਣਾ। ਅੰਦੋਲਨ ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਕਹਿੰਦੇ ਹਰਿਆਣੇ, ਜੇ ਇਹ ਇਹਨਾਂ ਦੇ ਕਾਨੂੰਨ ਪੂਰੇ ਦੇਸ਼ ਤੇ ਅਸਰ ਪੈਦਾ ਕਰਨੇ ਨੇ, ਪੂਰੇ ਦੇਸ਼ ਲਈ ਨੇ ਖੇਤੀ ਦੇ ਕਾਨੂੰਨ, ਤੇ ਪੂਰੇ ਦੇਸ਼ ਦੀਆਂ ਜਥੇਬੰਦੀਆਂ ਇਹਦੇ ਖਿਲਾਫ ਸਟਰਗਲ ਕਰ ਰਹੀਆਂ, ਕੋਈ ਵੱਧ ਕਰ ਰਿਹਾ, ਕੋਈ ਘੱਟ ਕਰ ਰਿਹਾ, ਇਹ ਸਾਜਿਸ਼ ਆ ਪੰਜਾਬ ਨੂੰ ਅੱਡ ਕਰਕੇ ਹਰਿਆਣੇ ਚੋਂ। ਕਹਿੰਦੇ ਹਰਿਆਣੇ ਦਾ ਮੁੱਦਾ ਕਿਵੇਂ ਅੱਡਿਆ? ਅਸੀਂ ਕਹਿੰਦੇ 10 ਨੂੰ ਤੁਸੀਂ ਉਹਨਾਂ ਨੂੰ ਕੁੱਟਿਆ, ਉਹਨਾਂ ਨੇ ਸੜਕ ਜਾਮ ਕਰਕੇ ਪਿਪਲੀ ਵਿੱਚ ਰੈਲੀ ਕੀਤੀ, ਤੁਹਾਡੇ ਐਸਟੀਐਮ ਨੇ ਮੁੜ ਕੇ ਜਾਇਜ਼ ਦਿੱਤੀ, ਇਹ ਤੋਂ ਗਾਂਹ ਤੁਸੀਂ ਹੁਣ ਉਹਨਾਂ ਨੂੰ ਕੁੱਟਿਆ, ਫਿਰ ਸ਼ਾਂਤਮਈ ਬੈਠਿਆਂ ਨੂੰ ਡਿਟੇਨ ਕਰ ਲਿਆ ਅੰਦਰ। ਇੱਧਰ ਜੇ ਪੰਜਾਬ 'ਚ ਵਿਰੋਧ ਹੋਇਆ, ਉਦੋਂ ਬਾਅਦ ਤੁਹਾਨੂੰ ਸ਼ਾਮਾਂ ਨੂੰ ਛੱਡਣੇ ਪੈ ਗਏ ਉਹ ਬੰਦੇ। ਹੁਣ ਵੀ ਤੁਸੀਂ ਇੱਕ ਸਟੇਡੀਅਮ ਵਿੱਚ ਉਹਨਾਂ ਨੂੰ ਅੰਦੋਲਨ ਕਰਨਾ ਦੇ ਰਹੇ। ਅਸੀਂ JJP ਨੂੰ ਅਸਤੀਫਾ ਮੰਗਦੇ, ਕਿਸਾਨਾਂ ਦੀਆਂ ਵੋਟਾਂ ਲੈ ਕੇ ਉਹ ਸਾਰੇ ਸਾਰੀ ਉਮਰ ਹਰੀਆਂ ਪੱਗਾਂ ਮੰਨਦੇ ਰਹੇ ਉਹਨਾਂ ਦੇ ਬਾਪ ਦਾਦੇ, ਹੁਣ ਸਰਕਾਰ ਦਾ ਸੁੱਖ ਮੰਨ ਰਹੇ ਆ। ਬਿਲਕੁਲ ਜੀ, ਪ੍ਰਧਾਨ ਮੰਤਰੀ ਖੁਦ ਮੀਟਿੰਗ ਸੱਦਣ, ਕਿਉਂਕਿ ਉਹ ਫੈਸਲਾ ਲੈਣ ਦੇ ਪਿੱਛੇ ਸਵੇਂ ਪ੍ਰਧਾਨ ਮੰਤਰੀ ਆ, ਬਾਕੀ ਤਾਂ ਗੱਲਾਂ ਉਪਚਾਰਕਤਾ ਪੂਰੀ ਕਰਨੀ। ਪੰਦੇਰ ਸਾਹਿਬ ਤੁਹਾਡੀਆਂ ਦੋ ਖਬਰਾਂ ਚੱਲ ਰਹੀਆਂ ਕਿ ਕਿਸਾਨ ਜਥੇਬੰਦੀਆਂ ਦੋ ਫੜ ਹੋ ਗਈਆਂ, ਸਰ ਇਹਦਾ ਮਤਲਬ ਕੀ ਸਮਝਿਆ ਜਾਵੇ? ਦੋ ਫੜ ਹੋ ਗਈਆਂ? ਕਦੀ ਵੀ ਨਹੀਂ, ਇਹ ਮੀਡੀਆ ਦੀ ਉਪਜ ਹੋ ਸਕਦਾ ਨਾ, ਜਥੇਬੰਦੀਆਂ ਦੋ ਫਾੜ ਹੋਈਆਂ ਨਾ, ਕੋਈ ਮਸਲਾ ਇਹ ਜਮਹੂਰੀਅਤ ਆ ਇਹਦੇ ਵਿੱਚ। ਹੁਣ ਕੋਈ ਵੇਖੋ, ਇਹ ਕਿਉਂ ਨੀ ਕੋਈ ਬਾਈਟ ਲੱਗਦੀ ਵੀ ਸਿਆਸੀ ਪਾਰਟੀਆਂ ਦੋ ਫਾੜ ਹੋ ਗਈਆਂ, ਕੋਈ ਪੰਜਾਬ 'ਚ ਰੈਲੀ ਕਰੀ ਜਾਂਦਾ, ਕੋਈ ਟਰੈਕਟਰ ਕਰੀ ਜਾਂਦਾ, ਕੋਈ ਦਿੱਲੀ ਚਲੀ ਜਾਂਦਾ। ਅੰਦੋਲਨ ਦੇ ਵਿੱਚ ਅੱਟਿਆ ਮੁੱਦੇ ਤੇ ਇੱਕ ਨੇ, ਇਹ ਮੀਡੀਆ, ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਵਾ, ਉਹ ਜੋ ਮਰਜ਼ੀ ਚਲਾ ਸਕਦਾ ਵਾ। ਪਹਿਲੋਂ ਵੀ ਮੀਡੀਆ ਨੂੰ ਸਿਆਸੀ ਪਾਰਟੀਆਂ ਦੇ ਅੰਦੋਲਨਾਂ ਵਿੱਚ ਅੰਗੇਜ ਕੀਤਾ ਗਿਆ ਸੀ ਵੀ ਘੱਟ ਤੋਂ ਘੱਟ ਸਪੇਸ ਮਿਲੇ। ਦਿੱਲੀ ਵਾਲਾ ਮੀਡੀਆ ਤੇ ਉਹ ਬੰਬੇ ਵਾਲਾ ਡਰੱਗਸ ਵਾਲੇ ਮਸਲੇ ਚੱਕੀ ਜਾ ਰਿਹਾ ਵਾ, ਉਹ ਤਾਂ ਕਦੀ ਕਿਸਾਨਾਂ ਵਾਲੇ ਮੁੱਦੇ ਤੇ ਨਹੀਂ ਆਇਆ, ਕਿਉਂਕਿ ਕਾਰਪੋਰੇਟ ਪੂਰੀ ਤਰ੍ਹਾਂ ਕੰਟਰੋਲ ਕਰਦਾ ਮੀਡੀਆ ਨੂੰ। ਤੇ ਜੋ ਮਰਜ਼ੀ ਇਹ ਗੱਲਾਂ ਆਉਣਗੀਆਂ, ਪਰ ਸਾਡੇ ਤੇ ਭਰੋਸਾ ਰੱਖਿਓ, ਪੰਜਾਬ 'ਚ ਅੰਦੋਲਨ ਵੀ ਇੱਕ ਮੁੱਠ ਚੱਲੂਗਾ ਤੇ ਬਹੁਤ ਵਧੀਆ ਰਿਜ਼ਲਟ ਆਉਣਗੇ। ਠੀਕ ਹੈ, ਤੁਸੀਂ ਮੀਡੀਆ ਤੇ ਇਹ ਇਲਜ਼ਾਮ ਲਾ ਸਕਦੇ ਹੋ। ਹਾਂ ਅਮਰਜੀਤ ਜੀ, ਲਾਸਟ ਕਮੈਂਟ ਤੁਹਾਡਾ ਚਾਹੀਦਾ, ਕੀ ਕਹਿਣਾ ਚਾਹ ਰਹੇ ਹੋ? ਸਰ ਬੇਨਤੀ ਆ ਛੋਟੀ ਜੀ, ਜਿਵੇਂ ਕਿ ਪੰਧੇਰ ਜੀ ਨੇ ਕਿਹਾ ਹੈ ਕਿ ਮਤਲਬ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ, ਜਿਹੜੀਆਂ ਪਾਰਟੀਆਂ ਵੱਖੋ ਵੱਖ ਜਿਹੜਾ ਨੇ ਉਹ ਆਪਣਾ ਸੰਗਠਨ ਜਾਂ ਆਪਣਾ ਜਿਹੜੀ ਮਤਲਬ ਤਾਣਾ ਬਾਣਾ ਬੁਣ ਰਹੀਆਂ ਨੇ। ਮੈਂ ਬੇਨਤੀ ਕਰਾਂਗਾ ਕਿ ਇਹ ਨਹੀਂ ਮੈਂ ਕਿਸੇ ਸਿਆਸੀ ਪੱਖ ਨਾਲ ਲੈ ਕੇ ਨਹੀਂ ਕਹਿ ਰਿਹਾ, ਮੈਂ ਪੰਧੇਰ ਸਾਹਿਬ ਦੀ ਇਸ ਗੱਲ ਨਾਲ ਬਿਲਕੁਲ ਐਗਰੀ ਹਾਂ ਕਿ ਜਦੋਂ ਕਿਸਾਨੀ ਦਾ ਕਾਨੂੰਨ ਹੈ, ਕਿਸਾਨਾਂ ਦੇ ਮੁੱਦੇ ਨੇ, ਤੇ ਉਹ ਕਾਨੂੰਨ ਬਿਹਾਰ ਵਾਸਤੇ ਵੀ ਆ, ਯੂਪੀ ਵਾਸਤੇ ਵੀ ਆ, ਰਾਜਸਥਾਨ ਵਾਸਤੇ ਵੀ ਆ, ਹਰਿਆਣੇ ਵਾਸਤੇ ਵੀ ਆ, ਈਵਨ ਜਿੱਥੇ ਜਿੱਥੇ ਵੀ ਖੇਤੀ ਸਾਡੇ ਭਾਰਤ ਵੰਸ਼ ਦੇ ਵਿੱਚ ਹੋ ਰਹੀ ਆ, ਸਾਰਿਆਂ ਵਾਸਤੇ ਆ ਤੇ ਸਾਰੇ ਹੀ ਆਉਣੇ ਚਾਹੀਦੇ ਨੇ। ਉਹਦਾ ਰੀਜ਼ਨ ਜਿਹੜਾ ਨਾ, ਇੱਕ ਮੈਨੂੰ ਇਹਨਾਂ ਦੇ ਵਿੱਚੋਂ ਇਹ ਲੱਗਦਾ ਹੈ ਕਿ 2006 ਦੇ ਵਿੱਚ ਬਿਹਾਰ 'ਚੋਂ ਕਾਨੂੰਨ ਜਿਹੜਾ ਸੀ ਪਾਸ ਕਰ ਦਿੱਤਾ ਗਿਆ ਤੇ ਪੰਜਾਬ 'ਚ ਵੀ ਕੀਤਾ ਗਿਆ, ਪੰਜਾਬ 'ਚ ਤੇ ਗੁਪਤ ਰਹਿ ਗਿਆ ਕੰਮ, ਪਰ ਬਿਹਾਰ ਦੇ ਵਿੱਚ ਲਾਗੂ ਹੋ ਗਿਆ। ਉਹ ਹੁਣ ਦੁਬਾਰਾ ਸੈਂਟਰ ਨੇ ਜੋ ਕਾਨੂੰਨ ਪਾਸ ਕੀਤੇ ਨੇ, ਜਾਂ ਤੇ ਉਸ ਟਾਈਮ ਇਹਦੀ ਕਾਂਗਰਸ ਸਰਕਾਰ ਦੀ ਉਪਜ ਆ ਉਹ, ਤੇ ਜਾਂ ਫਿਰ ਹੁਣ ਸਟੇਟਾਂ ਦੀ ਕਾਪੀ ਸੈਂਟਰ ਗਵਰਨਮੈਂਟ ਮਾਰ ਗਿਆ। ਇੰਨਾ ਜ਼ਰੂਰ ਮੈਂ ਕਹੂੰਗਾ। ਇੱਕ ਮੈਂ ਬੇਨਤੀ ਕਹੂੰਗਾ KP ਜੀ, ਇੱਕ ਮਿੰਟ, ਥੋੜੀ ਜਿਹੀ ਰਿਕੁਐਸਟ ਆ। ਬੋਲੋ। ਜਿਵੇਂ ਪੰਧੇਰ ਜੀ ਕਹਿ ਰਹੇ ਨੇ ਕਿ ਸੰਘਰਸ਼ ਨੂੰ ਜਿਹੜਾ ਹੈ ਤੋੜਨ ਦੀ ਕੋਸ਼ਿਸ਼ ਮੀਡੀਆ ਕਰ ਰਿਹਾ, ਮੀਡੀਆ ਨੇ ਤੇ ਖਬਰ ਦਿਖਾਉਣੀ ਆ ਜਿੱਦਾਂ ਦੀ ਆ ਗਈ, ਕੁਝ ਮੀਡੀਆ ਪੱਖਪਾਤ ਕਰਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਸਾਰਾ ਮੀਡੀਆ ਇੱਕ ਜਿਹਾ ਨਹੀਂ ਆ। ਤਾਰ ਪੀਟੋ ਕਰਨ ਦੀ ਕੋਸ਼ਿਸ਼ ਤੇ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ, ਜਿਹੜੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ, ਜਿਹੜੀਆਂ ਪਾਰਟੀਆਂ ਉਹਨਾਂ ਕਾਨੂੰਨਾਂ ਦੀ ਹਮਾਇਤ। ਠੀਕ ਹੈ ਅਮਰਜੀਤ ਜੀ ਤੁਹਾਡਾ ਪੁਆਇੰਟ ਇਹ ਵੀ ਠੀਕ ਹੈਗਾ, ਸਿਆਸੀ ਪਾਰਟੀਆਂ ਕਰਦੇ ਪਏ, ਪਰ ਜਿਹੜਾ ਮੀਡੀਆ ਪੁਆਇੰਟ ਉਹਨਾਂ ਨੇ ਚੱਕਿਆ, ਸਰ ਮੈਂ ਸਹਿਮਤ ਹਾਂ ਉਹਦੇ ਨਾਲ, ਬਤੌਰ ਮੀਡੀਆ ਦੇ ਵਿੱਚ ਹੁੰਦੇ ਹੋਏ ਮੈਂ ਸਹਿਮਤ ਹਾਂ ਉਹਨਾਂ ਨਾਲ, ਪੰਧੇਰ ਸਾਹਿਬ ਨੇ ਇਸ ਗੱਲ 'ਤੇ। ਹਾਂ ਹਰਦੀਪ ਸਿੰਘ ਇੰਗਰਾ ਸਰ, ਜਿਹੜਾ ਅਮਰਜੀਤ ਤਰ੍ਹਾਂ ਨੇ ਸਵਾਲ ਚੱਕਿਆ ਕਿ ਸਟੇਟਾਂ ਦੇ ਕਾਨੂੰਨਾਂ ਦੀ ਕਾਪੀ ਕਰ ਲਈ ਹੈ ਕੇਂਦਰ ਨੇ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਕਿੰਗਰਾ ਸਾਹਿਬ? ਦੇਖੋ ਮੈਂ ਸਰਦਾਰ ਅਮਰਜੀਤ ਸਿੰਘ ਹੋਰਾਂ ਨੂੰ ਇੱਕ ਬੇਨਤੀ ਕਰਾਂਗਾ, ਇਹਨੂੰ ਅਸੀਂ ਮੈਪਿੰਗ ਕਹਿੰਦੇ ਹਾਂ। ਜਿਹੜਾ 2006 ਦੇ ਵਿੱਚ ਕਾਨੂੰਨ ਬਣਿਆ ਸੀ ਉਹਨੂੰ ਇੱਕ ਪਾਸੇ ਉਹਦਾ ਕਲਾਜ਼ ਵਾਈਜ਼ ਲਿਖ ਲੈਣ ਤੇ ਦੂਜੇ ਪਾਸੇ ਕੇਂਦਰ ਦਾ ਕਾਨੂੰਨ ਲਿਖ ਲੈਣ ਤੇ ਇਹਨਾਂ ਨੂੰ ਆਪਦੇ ਆਪ ਪਤਾ ਲੱਗ ਜਾਏਗਾ ਦੋਨਾਂ ਦੇ ਵਿੱਚ ਅੰਤਰ ਕੀ ਹੈ। ਮੈਂ ਆਪਦੀ ਫੇਸਬੁੱਕ ਤੇ ਵੀ ਪਾਇਆ ਸੀਗਾ, ਇਹੋ ਜਿਹੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। 2013 ਦਾ ਸਾਡਾ ਕਾਨੂੰਨ ਤੇ 2013 ਦਾ ਕੇਂਦਰ ਦਾ ਕਾਨੂੰਨ ਜਿਹੜਾ ਹੁਣ ਵਾਲਾ ਬਣਿਆ ਉਹਨਾਂ ਨੂੰ ਵੀ ਮੈਪਿੰਗ ਕਰੋ।
ਇਹਨਾਂ ਕਾਨੂੰਨਾਂ ਦੀ ਆਪਸ ਚ ਮੈਟਿੰਗ ਕਰਕੇ ਵੇਖੋ 2013 ਚ ਜੁਲਦੇ ਸਰਕਾਰ ਨਹੀਂ ਸੀ ਉਹ 2013 ਚ ਬਾਦਲ ਸਾਹਿਬ ਨੇ ਉਹ ਦੋ ਅੱਡ ਅੱਡ ਕਾਨੂੰਨ ਨੇ ਇੱਕ ਮਿੰਟ ਸਰ ਅਮਰਜੀਤ ਸਿੰਘ ਜੀ ਦੋ ਅੱਡ ਅੱਡ ਕਾਨੂੰਨ ਨੇ ਇੱਕ 2006 ਚ ਬਣਿਆ ਸੀਗਾ APMC ਵਾਲਾ ਦੂਜਾ ਬਣਿਆ ਹੈਗਾ ਕੰਟਰੈਕਟ ਫਾਰਮਿੰਗ ਵਾਲਾ 2013 ਚ ਚਲੋ ਅਮਰਜੀਤ ਜੀ ਅਮਰਜੀਤ ਜੀ ਤੁਸੀਂ ਸਿਆਸਤ ਕਰ ਲਿਓ ਅਮਰਜੀਤ ਜੀ ਅਮਰਜੀਤ ਜੀ ਸਿਆਸਤ ਅਮਰਜੀਤ ਜੀ ਅਮਰਜੀਤ ਜੀ ਤੁਸੀਂ ਸਿਆਸਤ ਕਰਨੀ ਕਰ ਲਿਓ ਸਰ ਪਰ ਸਾਨੂੰ ਸਾਨੂੰ ਉਹ ਸਾਰੇ ਕਾਨੂੰਨ ਪੜ੍ਹਨੇ ਪੈਣਗੇ ਅਮਰਜੀਤ ਜੀ ਇੱਦਾਂ ਨਾ ਕਰੋ ਪਲੀਜ਼ ਰੈਗੂਲੇਸ਼ਨ ਦਾ ਬਹੁਤ ਫਰਕ ਹੈਗਾ ਸਰ ਪਲੀਜ਼ ਮੇਰੀ ਸੁਣਨ ਦੀ ਕੋਸ਼ਿਸ਼ ਕਰੋ ਜਿਹੜਾ APMC ਕਾਨੂੰਨ 2006 ਚ ਕਾਂਗਰਸ ਨੇ ਬਣਾਇਆ ਸੀ ਉਹ ਤੇ ਕੇਂਦਰ ਦਾ ਜਿਹੜਾ ਹੋਣ ਵਾਲਾ ਕਾਨੂੰਨ ਬਣਿਆ ਦੋਨਾਂ ਨੂੰ ਮੈਪ ਕਰਕੇ ਠੀਕ ਹੈ ਸਰ ਠੀਕ ਹੈ ਕੇਂਦਰ ਸਾਹਿਬ ਠੀਕ ਹੈ ਠੀਕ ਹੈ ਠੀਕ ਹੈ ਚੰਨੀ ਸਾਹਿਬ ਲਾਸਟ ਕਮੈਂਟ ਸਰ ਚੰਨੀ ਸਾਹਿਬ ਚੰਨੀ ਸਾਹਿਬ ਤੁਹਾਡੇ ਲਾਸਟ ਇੱਕ ਮਿੰਟ ਪਲੀਜ਼ ਕੇਂਦਰ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ ਹੁਣ ਚੰਨੀ ਸਾਹਿਬ ਲਾਸਟ ਮਿੰਟ ਇੱਕ ਮਿੰਟ ਪਲੀਜ਼ ਕੇਂਦਰ ਸਾਹਿਬ ਪਲੀਜ਼ ਪਲੀਜ਼ ਕੇਂਦਰ ਸਾਹਿਬ ਪਲੀਜ਼ ਇੱਕ ਮਿੰਟ ਅਮਰਜੀਤ ਜੀ ਇੱਦਾਂ ਨਾ ਕਰੋ ਪਲੀਜ਼ ਤੁਸੀਂ ਆਪਦੀ ਲੜਾਈ ਨਿੱਜੀ ਲੜਾਈ ਛਿੜ ਕੇ ਬਹਿ ਜਾਂਦੇ ਹੋ ਇੱਦਾਂ ਨਾ ਕਰਿਆ ਕਰੋ ਪਲੀਜ਼ ਚੰਨੀ ਸਾਹਿਬ ਲਾਸਟ ਕਮੈਂਟ ਸਰ ਤੁਹਾਡਾ ਚਾਹੀਦਾ ਚੰਨੀ ਸਾਹਿਬ ਸਰ ਤੁਹਾਡੇ ਲੀਡਰ ਕੁਝ ਕਹਿਣ ਲੱਗ ਪਏ ਇੱਕ ਮਿੰਟ ਚੰਨੀ ਸਾਹਿਬ ਸਰ ਸਵਾਲ ਸੁਣ ਲਓ ਸਰ ਚੰਨੀ ਸਾਹਿਬ ਸਰ ਸਵਾਲ ਸੁਣ ਲਓ ਸਰ ਚੰਨੀ ਸਾਹਿਬ ਸਰ ਸਵਾਲ ਸੁਣ ਲਓ ਸਰ ਚੰਨੀ ਸਾਹਿਬ ਇਹਦਾ ਨਹੀਂ ਚੱਲੂਗਾ ਨਹੀਂ ਚੱਲੂਗਾ ਸਰ ਸਵਾਲ ਸੁਣ ਲਓ ਚੰਨੀ ਸਾਹਿਬ ਇਹਦਾ ਨਹੀਂ ਚੱਲਣਾ ਸਰ ਚੰਨੀ ਸਾਹਿਬ ਇਹਦਾ ਨਹੀਂ ਚੱਲਣਾ ਸਰ ਚੰਨੀ ਸਾਹਿਬ ਇਹਦਾ ਨਹੀਂ ਚੱਲਣਾ ਸਰ ਨਹੀਂ ਮੈਂ ਸੁਣਨਾ ਨਹੀਂ ਸਰ ਸੁਣਨਾ ਹੀ ਨਹੀਂ ਸਰ ਸੁਣਨਾ ਨਹੀਂ ਸਰ ਇਹ ਪੋਲੀਟੀਕਲ ਸਟੇਟਮੈਂਟ ਸਰ ਰਹਿਣ ਦਿਓ ਚੰਨੀ ਸਾਹਿਬ ਪਲੀਜ਼ ਪਲੀਜ਼ ਚੰਨੀ ਸਾਹਿਬ ਪਲੀਜ਼ ਆਪਾਂ ਟਾਈਮ ਵੇਸਟ ਕਰਦੇ ਪਏ ਹਾਂ ਮੈਂ ਗੱਲ ਤੁਹਾਡੀ ਪਹੁੰਚਣ ਨਹੀਂ ਦੇਣੀ ਸਰ ਜਿਹੜੀ ਮੈਂ ਗੱਲ ਪਹੁੰਚਣ ਨਹੀਂ ਦੇਣੀ ਸਰ ਚੰਨੀ ਸਾਹਿਬ ਕੋਈ ਫਾਇਦਾ ਨਹੀਂਗਾ ਚੰਨੀ ਸਾਹਿਬ ਮੈਂ ਤੁਹਾਡੇ ਤੋਂ ਸਵਾਲ ਲੈ ਰਿਹਾ ਸਰ ਤੁਹਾਡੇ ਕੋਈ ਲੀਡਰ ਕਹਿਣ ਲੱਗ ਪਿਆ ਕਿਸਾਨ ਜਥੇਬੰਦੀਆਂ 2 ਫਾੜ ਹੋ ਗਈਆਂ ਸਰ ਤੁਸੀਂ ਵੀ ਇਸ ਨਾਲ ਇਤਫਾਕ ਰੱਖਦੇ ਹੋ ਤਾਂ ਆਪਣੇ ਲੀਡਰਾਂ ਦੇ ਨਾਲ ਮੇਰੀ ਇਹ ਅਰਦਾਸ ਹੈ ਕਿ 2 ਫਾੜ ਨਾ ਹੋਣ ਇਹ ਸਾਰੇ ਇਕੱਠੇ ਹੋ ਕੇ ਜੇ ਜਿੰਨਾ ਉਤਸੁਕ ਲਫ਼ਜ਼ ਲਿਖਿਆ ਕਿ ਕਾਂਗਰਸ ਜੇ ਭਾਰਤ ਸਰਕਾਰ ਉਤਸੁਕ ਹੈ ਤੁਹਾਨੂੰ ਮਿਲਣ ਵਾਸਤੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਵਾਸਤੇ ਯਾਨੀ ਕਿ ਤੁਸੀਂ ਬਿਆਨ ਦੋਗੇ ਕਿਸਾਨ ਜਥੇਬੰਦੀਆਂ 2 ਫਾੜ ਹੋ ਗਈਆਂ ਤੁਸੀਂ ਬਿਆਨ ਦੋਗੇ ਯਾਨੀ ਕਿ ਇਹਦਾ ਮਤਲਬ ਇਹ ਸਮਝਿਆ ਜਾਵੇ ਤੁਸੀਂ ਬਿਆਨ ਇਹ ਦੋਗੇ 2 ਫਾੜ ਹੋ ਗਈਆਂ ਨਹੀਂ ਮੈਂ ਜੀ ਕਹਿੰਦਾ ਮੈਂ ਤਾਂ ਅਰਦਾਸ ਕਰਦਾ ਕਿ ਨਾ ਹੋਣ ਠੀਕ ਹੈ ਸਰ ਠੀਕ ਕੁਝ ਕਹਿੰਦੀਆਂ ਅਸੀਂ ਜਾਣਾ ਕੁਝ ਕਹਿੰਦੀਆਂ ਅਸੀਂ ਨਹੀਂ ਜਾਣਾ ਠੀਕ ਹੈ ਪੰਦੇਰ ਸਾਹਿਬ ਲਾਸਟ ਕਮੈਂਟ ਸਰ ਪੰਦੇਰ ਸਾਹਿਬ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਬੈਠਕ ਹੋਣੀ ਹੈ ਉਹਦੇ ਵਿੱਚ ਤੁਹਾਡਾ ਬਾਹਰੋਂ ਹਮਾਇਤ ਹੈਗੀ ਜਾਂ ਨਹੀਂ ਹੈਗੀ ਉਹ ਵੀ ਬਿਲਕੁਲ ਅਸੀਂ ਜਿਹੜਾ ਉਹ ਜਥੇਬੰਦੀਆਂ ਨਾਲ ਤਾਲਮੇਲਵਾ ਕਰ ਰਹੇ ਹਾਂ ਜੋ ਫੈਸਲਾ ਕਰਨਗੇ ਅਸੀਂ ਸੁਣ ਲਿਓ ਜਿਹੜੇ ਪ੍ਰਧਾਨ ਮੰਤਰੀ ਜੀ ਬੋਲ ਰਹੇ ਨੇ ਇਹ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹਨੂੰ ਅਸੀਂ ਗੋਦੀ ਮੀਡੀਆ ਕਰਨੇ ਆ ਉਹ ਇਹ ਸਾਜਿਸ਼ ਕਰੂਗਾ ਇਹ ਫੁੱਟ ਦੀਆਂ ਗੱਲਾਂ ਕਰੂਗਾ ਭਾਰਤ ਲੋਕਤੰਤਰ ਮੁਲਕ ਹੈ 80% ਕਿਸਾਨ ਬੈਠੇ ਹੈ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਉਹ ਪ੍ਰਧਾਨ ਮੰਤਰੀ ਨੇ ਦੁਸ਼ ਪ੍ਰਚਾਰਤਾ ਆਗੂਆਂ ਦੇ ਪ੍ਰਸ਼ਨਾਂ ਦਾ ਜਵਾਬ ਵੀ ਦਿਆਂਗੇ ਸਰੇਂਡਰ ਧਿਆਨ ਰੱਖਣ ਸਮਾਂ ਦੱਸੋ 2024 ਤੱਕ ਇਹਨਾਂ ਨਾਲ ਸੰਘਰਸ਼ ਕਰਾਂਗੇ ਇਹ ਕਾਲੇ ਕਾਨੂੰਨ ਵਾਪਸ ਕਰਨ ਤੱਕ ਲੜਾਂਗੇ ਸਮਾਂ ਇਹਨਾਂ ਨੂੰ ਜਵਾਬ ਦੇ ਕਾਂਗਰਸ ਨੂੰ ਲੋਕਾਂ ਨੇ ਵਿਰੋਧੀ ਧਿਰ ਜੋਗਾ ਨਹੀਂ ਸਮਝਿਆ ਤੁਸੀਂ ਇਲੈਕਸ਼ਨ ਇਹਨਾਂ ਦਾ ਹਾਲ ਵੀ ਉਹਨਾਂ ਨੂੰ ਬੁਰਾ ਹੋਊਗਾ ਇਹ ਸਮਾਂ ਦੱਸੂਗਾ ਪੰਦੇਰ ਸਾਹਿਬ ਲਾਸਟ ਕਮੈਂਟ ਸਰ ਪੰਦੇਰ ਸਾਹਿਬ ਮੇਰਾ ਸਵਾਲ ਇਹ ਸੀਗਾ BKU ਏਕਤਾ ਉਗਰਾਹਾਂ ਤੇ ਤੁਹਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਇਹ ਦੋਨੋਂ ਬਾਹਰੋਂ ਤਾਲਮੇਲ ਕਰ ਰਹੀਆਂ ਜਾਂ ਤੁਸੀਂ ਦੋਨੋਂ ਦਿੱਲੀ ਦੀ ਵਾਲੀ ਬੈਠਕ ਵਿੱਚ ਸ਼ਾਮਲ ਹੋ ਜਾਓਗੇ ਮੈਨੂੰ ਥੋੜਾ ਜਿਹਾ ਕਲੀਅਰ ਕਰ ਦਿਓ ਪਲੀਜ਼ ਸਾਡੀ ਜਥੇਬੰਦੀ ਨੇ ਕੱਲੀ ਨੇ ਫੈਸਲਾ ਕੀਤਾ ਅਸੀਂ ਦਿੱਲੀ ਵਾਲੀ ਮੀਟਿੰਗ 'ਚ ਨਹੀਂ ਜਾਵਾਂਗੇ ਅਸੀਂ ਬਾਹਰੋਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਤੇ ਪੰਜਾਬ ਦੀਆਂ ਜਥੇਬੰਦੀਆਂ ਮਿਲਮਾ ਸੰਘਰਸ਼ ਜਾਰੀ ਰੱਖਾਂਗੇ ਚਲੋ ਬਹੁਤ ਧੰਨਵਾਦ ਪੰਦੇਰ ਸਾਹਿਬ ਤੁਹਾਡਾ ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਕੇਂਗਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਮਰਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਨੇ ਆਪੋ ਆਪਣੇ ਪੁਆਇੰਟ ਰੱਖੇ ਹਾਲਾਂਕਿ ਕਈ ਪੁਆਇੰਟ ਕਲੀਅਰ ਨਹੀਂ ਹੁੰਦੇ ਗੇ ਕਈ ਪੁਆਇੰਟਸ ਦੇ ਵਿੱਚ ਪੋਲਿਟਿਕਸ ਵੀ ਆਉਂਦੀ ਹੈ ਪਰ ਇਹ ਤੁਸੀਂ ਸਮਝਣਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੋਲਿਟਿਕਸ ਤੇ ਕਿਸਾਨਾਂ ਦੇ ਅੰਦੋਲਨ ਦਾ ਨਖੇੜਾ ਤੁਹਾਡੇ ਅੱਗੇ ਰੱਖਿਆ ਜਾਵੇ ਕਿ ਉਹਨਾਂ ਦੇ ਕੀ ਪੁਆਇੰਟ ਹੈਗੇ ਆ ਅਤੇ ਸਿਆਸੀ ਪਾਰਟੀਆਂ ਦੇ ਕੀ ਪੁਆਇੰਟ ਹੈਗੇ ਆ ਕੁੱਲ ਮਿਲਾ ਕੇ ਇਸ ਬੈਠਕ ਤੋਂ ਬਾਅਦ ਸਾਫ਼ ਹੋਵੇਗਾ ਕੇਂਦਰ ਦਾ ਸੱਦਾ ਕਿੰਨਾ ਕਬੂਲ ਹੈਗਾ ਪਰ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਸੁਨੇਹਾ ਆਇਆ ਉਸ ਨੂੰ ਮੀਡੀਆ ਆਪਦੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਵੀ ਹੈਗਾ ਇਹ ਕਿਸਾਨ ਆਗੂ ਨੇ ਸਵਾਲ ਚੁੱਕਿਆ ਵੀ ਸੀਗਾ ਅਤੇ ਉਸ ਸਵਾਲ ਦੇ ਵਿੱਚ ਕਿੰਨਾ ਦਮ ਹੈਗਾ ਇਸ ਦਾ ਫੈਸਲਾ ਵੀ ਤੁਸੀਂ ਕਰ ਲਿਓ ਪਰ ਕੁੱਲ ਮਿਲਾ ਕੇ ਕਿਸਾਨ ਜਥੇਬੰਦੀਆਂ ਅੱਜ ਦੀ ਤਰੀਕ ਵਿੱਚ ਕਹਿ ਰਹੀਆਂ ਅਸੀਂ ਇੱਕਜੁੱਟ ਹਾਂ ਅਤੇ ਕਿਸਾਨ ਜਥੇਬੰਦੀ ਦੇ ਆਗੂ ਜਦੋਂ ਇਹ ਬਿਆਨ ਇੱਥੇ ਸਾਡੇ ਡਿਬੇਟ ਦੇ ਵਿੱਚ ਦੇਣ ਅਤੇ ਇਹਨਾਂ ਦੇ ਬਿਆਨ ਦੀ ਇੰਪੋਰਟੈਂਸ ਸਾਨੂੰ ਸਮਝਣੀ ਪਵੇਗੀ ਪਰ ਕੁੱਲ ਮਿਲਾ ਕੇ ਨਜ਼ਰ ਸਾਡੀ ਰਹੇਗੀ ਕਿਹੜੀ ਬੈਠਕ ਵਿੱਚ ਕੀ ਫੈਸਲਾ ਹੁੰਦਾ ਸੂਬਾ ਸਰਕਾਰ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦਾ ਸੱਦਾ ਪੱਤਰ ਕਿੰਨਾ ਕਿਸਾਨ ਜਥੇਬੰਦੀਆਂ ਨੂੰ ਕਬੂਲ ਹੈ ਅਤੇ ਕੇਂਦਰ ਦਾ ਸੱਦਾ ਕਿੰਨਾ ਕਬੂਲ ਹੈ ਬਹੁਤ ਧੰਨਵਾਦ